ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਦ ਪ੍ਰੋਗਰਾਮ ਅਪਡੇਟ ਟਰੈਕਿੰਗ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਨੂੰ, ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ, ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 28 ਤਰੀਕ ਆ, ਦਿਨ ਵੀਰਵਾਰ ਆ, ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂ, ਸਨੀ ਪਰਿਵਾਲ, ਯੂਬਸਰੀ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਲਖਵੀਰ ਸਿੰਘ ਸਮਰਾ, ਟੈਕਸਸ, ਹਰਨੇਕ ਸਿੰਘ ਪਾਵਲਾ, ਰੈਂਟਨ, ਵਾਸ਼ਿੰਗਟਨ, HNM ਆਇਲ, ਓਨਟੇਰੀਓ, ਕੈਲੀਫੋਰਨੀਆ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਸ, ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਵਾਸੀ, ਐਲਗਰੋਵ, ਕਰਨੈਲ ਸਿੰਘ ਰੰਧਾਵਾ, ਟਰਲੋਕ, ਗੁਰਨੇਕ ਸਿੰਘ, ਬਾਗੜੀ, ਫਰੈਸਨੋ, ਰੋਡ ਐਂਡ ਰੋਬ ਇਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਟਰੱਕ ਅਤੇ ਟ੍ਰੇਲਰ ਦੇ ਪਾਰਟਸ ਖਰੀਦ ਸਕਦੇ ਹੋ। ਆਫਟਰ ਮਾਰਕੀਟ ਹਾਈ ਕੁਆਲਿਟੀ ਪਾਰਟਸ ਅਤੇ OEM ਪਾਰਟਸ ਵਾਜਿਬ ਕੀਮਤਾਂ ਦੇ ਉੱਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਇਹਨਾਂ ਦੀਆਂ ਦੋ ਲੋਕੇਸ਼ਨ ਨੇ, ਟਰਲੋਕ ਲਈ ਕਾਲ 209-668-7183, ਸਟੋਕਟਨ ਲਈ ਕਾਲ 209-410-2222, ਅਤੇ ਨਾਲ ਹੀ ਗਰੇਵਾਲ ਟਰੈਵਲ ਸਰਵਿਸਿਜ ਯੂਨੀਵਰਸਿਟੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਪਾਸਪੋਰਟ, OCI ਅਤੇ ਵੀਜ਼ੇ ਅਤੇ ਨਾਲ ਹੋਰ ਸੇਵਾਵਾਂ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 530-751-7605। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-9698 ਦੇ ਉੱਤੇ। ਟਰੈਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਕੈਲੀਫੋਰਨੀਆ ਦੇ ਸਮੇਂ ਮੁਤਾਬਕ ਤੇ ਹੁਣ 9:15 ਹੋਏ ਹੈਗੇ ਆ। ਕੁਛ ਕੁ ਖਬਰਾਂ ਵੱਲ ਚੱਲੀਏ। ਅੱਜ ਫਰੇਟ ਵੇਵਸ ਦੇ CEO ਨੇ ਇਹ ਕਿਹਾ ਆ ਵੀ ਟਰੱਕਿੰਗ ਬਸਟ ਦਾ, ਟਰੱਕਿੰਗ ਦਾ ਬਹੁਤ ਬੁਰਾ ਹੋਣ ਦਾ ਇੱਕ ਕਾਰਨ ਨਵੇਂ ਜੋ ਟਰੱਕਿੰਗ ਬਿਜ਼ਨਸ ਦੇ ਵਿੱਚ ਐਂਟਰ ਹੋਏ ਸੀ ਉਹ ਵੀ ਸੀ ਵੀ ਬਹੁਤ ਸਸਤੇ ਰੇਟ ਤੇ ਉਹ ਲੋਡ ਆ ਚੱਕ ਰਹੇ ਹੈਗੇ ਆ। ਤੇ ਉਹ ਕਹਿੰਦੇ ਵੀ ਮੈਂ ਬਹੁਤ ਸਾਰੀਆਂ ਇਹ ਫਰੇਟ ਵੇਵਸ ਦਾ ਜੋ CEO ਆ ਵੀ ਬਹੁਤ ਸਾਰੀਆਂ ਕੰਪਨੀਆਂ ਦੇ ਨਾਲ ਗੱਲਬਾਤ ਕੀਤੀ ਆ। ਕਹਿੰਦੇ ਵੀ ਸਿਚੁਏਸ਼ਨ ਗ੍ਰੇਟ ਰਿਸੈਸ਼ਨ ਵਾਲੀ ਬਣੀ ਹੋਈ ਹੈਗੀ ਆ। ਦੂਸਰੇ ਪਾਸੇ ਜੋ ਅੱਜ ਦੀ ਰੇਟ ਦੇ ਵਿੱਚ ਟਰੱਕਿੰਗ ਦੀ ਕੋਸਟ ਆ ਉਹ ਹੋਰ ਵੀ ਜ਼ਿਆਦਾ ਵੱਧ ਰਹੀ ਹੈਗੀ ਆ। ਗੈਸ ਦੀਆਂ ਪ੍ਰਾਈਸਸ ਅਸਮਾਨ ਨੂੰ ਛੂ ਗਈਆਂ ਆ, ਪਿਛਲੇ ਮਹੀਨੇ ਤੋਂ ਤੁਸੀਂ ਦੇਖ ਲਓ ਕਿੱਥੇ ਪਹੁੰਚ ਗਿਆ ਕੰਮ। ਲੇਬਰ ਕੋਸਟ, ਵੇਅਰ ਹਾਊਸ ਦੀ ਬਿਹਾਈਂਡ ਦਾ ਵੀਲ, ਡੀਜ਼ਲ ਪ੍ਰਾਈਸਸ, ਕਰੋਸ ਡੋਕ ਸਕੈਰਸਿਟੀ, ਸਾਰਾ ਕੁਛ ਜਿੱਦਾਂ ਇੰਨਾ ਇਨਕਰੀਜ਼ ਹੋ ਗਿਆ ਤੇ ਜਿਹੜਾ ਨੈੱਟ ਪ੍ਰੋਫਿਟ ਆ ਉਹ ਬਹੁਤ ਘਟਦਾ ਜਾ ਰਿਹਾ। ਇਸ ਕਰਕੇ ਜਿਹੜਾ ਟਰੱਕਿੰਗ ਆ ਉਹਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਹੈ। ਜੀ ਰਮਨ ਜੀ, ਬਿਲਕੁਲ ਜੀ, ਆਪਾਂ ਤਾਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ, ਆਲਮੋਸਟ ਆਪਾਂ ਨੂੰ ਕਾਫੀ ਦੇਰੀ ਇਹ ਗੱਲ ਕਹਿੰਦੇ ਨੂੰ ਹੋ ਗਿਆ ਕਿ ਜਿਹੜੀ ਇੰਡਸਟਰੀ ਦੇ ਵਿੱਚ ਜਿਹੜੀ ਐਂਟਰੀਆਂ ਹੋਈਆਂ ਬਹੁਤ ਫਾਸਟ ਹੋਈਆਂ ਤੇ ਬੜੀਆਂ ਅਨਨੈਸੈਸਰੀਲੀ ਹੋਈਆਂ। ਪੂਰੀ ਕੋਕ ਪੜਤਾਲ ਕਰਕੇ ਬਹੁਤ ਜਾਣੇ, ਸੋ ਇਸ ਕਰਕੇ ਜਿਹੜਾ ਸੀਗਾ ਜਿੰਨੀ ਦੇਰ ਤੱਕ ਜਿਹੜੀ ਹੈ ਨਾ ਆਪਣੀ ਇੰਡਸਟਰੀ ਦੇ ਵਿੱਚ ਜਿਹੜੀ ਕਪੈਸਿਟੀ ਜਿੰਨੀ ਦੇਰ ਤੱਕ ਘੱਟ ਨਹੀਂ ਹੁੰਦੀ ਉਨੀ ਦੇਰ ਤੱਕ ਇੰਡਸਟਰੀ ਦਾ ਰੀਬਾਊਂਡ ਹੋਣਾ ਬਹੁਤ ਔਖਾ ਆ। ਕੰਮ ਜਿਹੜਾ ਹੈਗਾ ਆ ਦਿਨੋਂ ਦਿਨ ਜਿਹੜਾ ਆ ਉਹ ਬਹੁਤ, ਇੱਕ ਦੂਸਰੀ ਚੀਜ਼ ਹੋਰ ਵੀ ਆ ਕਾਫੀ ਜਿਹੜੀ ਇਸ ਵੇਲੇ ਜੀ ਤੇ ਆਪਣਾ ਰਾਜਕਰਨ ਜਿਹੜੀ ਹੈ ਨਾ ਕਾਫੀ ਸਿਚੁਏਸ਼ਨ ਇਸ ਵੇਲੇ ਏਦਾਂ ਹੋਈਆਂ ਪਈਆਂ ਕਿ ਜਿਹੜੀਆਂ ਆਰਟੀਫਿਸ਼ਲ ਇੰਟੈਲੀਜੈਂਸ ਹੈਗੀ ਆ ਜਾਂ ਜਿਹੜੀ ਇਲੈਕਟ੍ਰੋਨਿਕਸ ਹੈਗੇ ਆ ਇਹਨਾਂ ਦੇ ਨਾਲ ਜਿਹੜੀ ਮੈਨੇਜਮੈਂਟ ਜਿਹੜੀ ਆ, ਇੱਕ ਬਹੁਤ ਦੇਰ ਪਹਿਲਾਂ ਇੱਕ ਕਾਫੀ ਚਰਚਾ ਦੇ ਵਿੱਚ ਆਈ ਸੀ ਕਿ ਜਿੱਥੇ ਐਮਟੀ ਮਾਇਲਸ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਵੀ ਜਿੰਨੇ ਘੱਟ ਤੋਂ ਘੱਟ ਐਮਟੀ ਮਾਇਲਸ ਟਰੱਕ ਚੱਲੇ ਓਨਾ ਹੀ ਫਾਇਦਾ ਆ। ਸੋ ਇਸ ਲਈ
ਜਿਹੜੀਆਂ ਆਰਟੀਫਿਸ਼ਲ ਇੰਟੈਲੀਜੈਂਸ ਕਹਿ ਲਓ ਜਾਂ ਜਿਹੜੀਆਂ ਇਲੈਕਟ੍ਰੋਨਿਕ ਬ੍ਰੋਕਰੇਜਸ ਆ ਕੁਛ ਵੀ ਆ ਕਹਿ ਲਓ, ਉਹਦੇ ਮਦਦ ਦੇ ਨਾਲ ਇਹ ਜਿਹੜਾ ਐਮਟੀ ਮਾਇਲਸ ਹੈਗਾ ਕਾਫੀ ਜਿਹੜਾ ਉੱਤੇ ਕਾਬੂ ਪਾਇਆ ਗਿਆ। ਸੋ ਐਮਟੀ ਮਾਇਲਸ ਦਾ ਕਾਬੂ ਪਾਉਣ ਦਾ ਮਤਲਬ ਇਹ ਹੈ ਕਿ ਜਿਹੜੀ ਮਤਲਬ ਕਿ ਫਾਲਤੂ ਦਾ ਜਿਹੜਾ ਡਰਾਈਵਿੰਗ ਸੀ, ਫਾਲਤੂ ਦੀ ਇੰਜੀਨੀਅਰ ਦੀ ਆ, ਉਹ ਕਾਫੀ ਘਟੀਆਂ ਹੈਗੀਆਂ। ਸੋ ਇਹਦੇ ਨਾਲ ਨਾਲ ਜਿਹੜਾ ਆ ਬਕਾਇਦਾ ਤੌਰ ਤੇ ਜਿਹੜੀ ਫ੍ਰੇਟਵੇਅਰ ਦੀ ਗੱਲ ਵੀ ਕੀਤੀ ਗਈ ਆ, ਭਾਜੀ ਨੇ ਕੀਤੀ ਆ, ਡੈਫੀਨੇਟਲੀ ਜਿਹੜੀਆਂ ਅਨਵਾਂਟਿਡ ਤੇ ਅਨਟ੍ਰੇਨਡ ਜਿਹੜੇ ਲੋਕੀ ਵਿੱਚ ਕੈਰੀਅਰ ਆ ਗਏ ਆ ਜਾਂ ਜਿਹੜੇ ਕੰਪਨੀਜ਼ ਆਈਆਂ ਹੈਗੀਆਂ, ਉਹ ਜਿੰਨੀ ਦੇਰ ਤੱਕ, ਕਿਉਂਕਿ ਉਹ ਨਾਲ ਇਹ ਨਾ ਕਿ ਜੇ ਆਪਾਂ ਇਹ ਗੱਲ ਕਰੀਏ ਕਿ ਉਹ ਇਕੱਲੇ ਛੱਡ ਕੇ ਜਾਣ ਇੰਡਸਟਰੀ, ਪ੍ਰੋਬਲਮ ਇਹ ਰਹਿੰਦੀ ਕਿ ਉਹਦੇ ਨਾਲ ਹੋਰ ਜਿਹੜੇ ਚੰਗੇ ਚੱਲ ਰਹੇ ਸੀ, ਵਧੀਆ ਚੱਲ ਰਹੀਆਂ ਸੀ ਕੰਪਨੀਆਂ, ਉਹਨਾਂ ਨੂੰ ਵੀ ਇਸ ਵੇਲੇ ਐਗਜਿਟ ਕਰਨਾ ਪੈ ਰਿਹਾ ਹੈਗਾ ਇੰਡਸਟਰੀ ਚੋਂ, ਕਿਉਂਕਿ ਉਹ ਯੂਨੋ ਉਹ ਵੀ ਇਸ ਵੇਲੇ ਦੇਖੇ ਨਾਲ ਮੇਕ। ਸੋ ਪ੍ਰੋਬਲਮ ਜਿਹੜੀ ਆ ਉਹ ਇਕੱਲੀ ਸਿਰਫ ਉਹਨਾਂ ਦੀ ਨਹੀਂ, ਪ੍ਰੋਬਲਮ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਜਿਹੜੀਆਂ ਕਿ ਇੰਡਸਟਰੀ ਦੇ ਬਾਰੇ ਜੇ ਪੂਰੀ ਚੰਗੀ ਤਰੀਕੇ ਦੇ ਨਾਲ ਨਾ ਜਾਣਨਾ, ਇੰਡਸਟਰੀ ਉਹ ਪੂਰੀ ਤਰੀਕੇ ਨਾਲ ਅੰਡਰਸਟੈਂਡ ਨਾ ਕਰਨਾ, ਬਹੁਤ ਜਿਹੜੀਆਂ ਚੀਜ਼ਾਂ ਹਰ ਇੱਕ ਬੰਦੇ ਨੇ ਮਤਲਬ ਕਿ ਬਹੁਤ ਸਸਤਾ ਚੀਪ ਜਿਹਾ ਤਰੀਕਾ ਦੇਖ ਲਿਆ ਵੀ ਮਤਲਬ ਕਿ ਫਟਾਫਟ ਯੂਨੋ 20-25 ਹਜ਼ਾਰ ਮਹੀਨੇ ਦਾ ਕਮਾਓ ਤੇ ਗੱਲ ਖਤਮ। ਇੰਨਾ ਨਹੀਂ ਹੁੰਦਾ ਇਹ, ਮਤਲਬ ਕਿ ਅਲਟੀਮੇਟਲੀ ਆਪਾਂ ਨੂੰ ਅੱਜ ਉਹਦਾ ਹਰਜਾਨਾ ਪੈ ਰਿਹਾ। ਬਿਲਕੁਲ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ। ਅਤੇ ਬਾਕੀ ਸਰੋਤੇ, ਤੁਸੀਂ ਵੀ ਜੇ ਕਾਲ ਕਰਕੇ ਕੋਈ ਆਪਣੀ ਗੱਲ ਕਰਨੀ ਆ, ਵਿਚਾਰ ਸਾਂਝੇ ਕਰਨੇ ਆ, ਜਾਂ ਤੁਹਾਡਾ ਕੋਈ ਸਵਾਲ ਆ, ਤਾਂ ਕਾਲ ਕਰ ਸਕਦੇ। ਸਟੂਡੀਓ ਦਾ ਨੰਬਰ ਹੈ 408-282-5200 ਦੇ ਉੱਤੇ। ਰਮਨ ਜੀ, ਦੋ ਤਿੰਨ ਚੀਜ਼ਾਂ ਦੇ ਉੱਤੇ ਅੱਜ ਆਪਾਂ ਜਿਹੜਾ ਨਾਲ ਨਾਲ ਗੱਲ ਕਰਾਂਗੇ, ਆਟੋਨਮਸ ਟਰੈਕਿੰਗ ਅਤੇ ਇਲੈਕਟ੍ਰੋਨਿਕ ਬ੍ਰੋਕਰੇਜ ਜਿਹੜੀ ਆ, ਇਹ ਸਾਰੀ ਚੀਜ਼ ਆ AI ਹੌਲੀ ਹੌਲੀ ਦਸਤਕ ਦੇ ਰਹੀ ਹੈ ਸਾਰੇ ਪਾਸੇ, ਇਹ ਸਾਰੀਆਂ ਚੀਜ਼ਾਂ ਰਮਨ ਜੀ ਇਸੇ ਦੇ ਵਿੱਚੋਂ ਹੀ ਨਿਕਲ ਰਹੀਆਂ ਆ। ਅਤੇ ਇਹ ਆ ਵੀ ਹੁਣ ਜਿੱਦਾਂ AI ਤੇਜ਼ੀ ਦੇ ਨਾਲ ਵੱਧ ਰਹੀ ਆ, ਇਹਨਾਂ ਚੀਜ਼ਾਂ ਦੇ ਵਿੱਚ ਵੀ ਰਫ਼ਤਾਰ ਜਿਹੜੀ ਉਹ ਵਧੂਗੀ, ਇੰਡਸਟਰੀ ਇਸ ਪੱਖ ਤੋਂ ਵੀ ਚੇਂਜ ਹੋਣੀ ਸ਼ੁਰੂ ਹੋਊਗੀ। ਬਿਲਕੁਲ ਜੀ, ਬਿਲਕੁਲ ਚੇਂਜ ਹੋਣੀ ਸ਼ੁਰੂ ਹੋਊਗੀ, ਕਿਉਂਕਿ ਮੈਂ ਕੱਲ ਹੀ, ਮੈਨੂੰ ਆਈ ਸੀਗੀ ਕੰਪਨੀ ਦੇ ਵਿੱਚੋਂ ਅਪਰੋਚ ਆਈ ਸੀਗੀ ਕਿ AI ਦੇ ਨਾਲ ਜਿਹੜਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਔਰ ਉਹਦੇ ਵਿੱਚ ਤੁਸੀਂ ਰਾਧ ਦਿਨ ਕੰਪਿਊਟਰ ਤੇ ਬੈਠ ਕੇ ਟਾਈਪ ਕਰਕੇ ਓਦਾਂ ਲੱਭਣ ਦੀ ਬਜਾਏ ਤੁਸੀਂ ਬੋਲ ਕੇ ਦੱਸ ਰਹੇ ਆ ਕਿ ਮੈਨੂੰ ਆਹ ਚੀਜ਼ ਚਾਹੀਦੀ ਆ, ਮੈਨੂੰ ਆਹ ਲੋਡ ਚਾਹੀਦਾ ਜਾਂ ਇੱਦਾਂ ਦੀ ਚੀਜ਼ ਚਾਹੀਦੀ ਆ। ਤੇ ਔਰ ਜਿਹੜੀ AI ਹੈਗੀ ਆ ਉਹ ਵੋਇਸ ਰੈਕਗਨੀਸ਼ਨ ਦੇ ਉੱਤੇ ਚੱਲ ਪਈ ਹੈਗੀ ਆ ਕਿ ਵੋਇਸ ਰੈਕਗਨਾਈਜ਼ ਕਰਕੇ ਤੁਹਾਡਾ ਉਹਦੇ ਤੋਂ ਤੁਹਾਨੂੰ ਜਿਹੜੀ ਆ ਉਹ ਲੱਭ ਕੇ ਦੇਣ ਦੀ ਜਿਹੜੀ ਆ ਗੱਲ ਚੱਲ ਰਹੀ ਆ। ਸੋ ਕਹਿਣ ਦਾ ਭਾਵ ਇਹ ਹੈ ਕਿ ਇੰਨਾ ਕੁ ਜਿਹੜੀ ਆ ਉਹ ਡੈਫੀਨੇਟਲੀ ਹੈਲਪ ਤਾਂ, ਦੇਖੋ ਜੋ ਵੀ ਕੁਛ ਅੱਗੇ ਵੱਧ ਰਿਹਾ ਹੈਗਾ ਕਿਤੇ ਨਾ ਕਿਤੇ ਤੁਹਾਨੂੰ ਐਫੀਸ਼ੀਐਂਸੀ ਦੇ ਵਿੱਚ, ਕਿਤੇ ਨਾ ਕਿਤੇ ਤੁਹਾਡੇ ਬਿਹਤਰੀ ਦੇ ਵਿੱਚ ਕੰਮ ਕਰਦਾ, ਪਰ ਅਲਟੀਮੇਟਲੀ ਉਹ ਨੁਕਸਾਨ ਵੀ ਕਰਦਾ ਉਹਦੇ ਨਾਲ ਨਾਲ, ਕਿਉਂਕਿ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਔਰ ਜਿਹੜੇ ਜਿਹੜੇ ਹੁਣ ਬਹੁਤ ਐਸੀ ਆਪਣੀ ਕਮਿਊਨਿਟੀ ਦੇ ਵਿੱਚ ਐਸੇ ਆਪਣੇ ਭੈਣ ਭਰਾ ਵੀ ਹੈਗੇ ਆ ਜਿਹੜੇ ਇਸ ਚੀਜ਼ ਦੇ ਨਾਲ ਆਪਣਾ ਸਾਰਾ ਕੁਛ ਚਲਾ ਰਹੇ ਸੀ। ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਆ ਜਾਂ ਇਲੈਕਟ੍ਰੋਨਿਕ ਬ੍ਰੋਕਰੇਜ ਆ ਉਹ ਜਿਹੜੀ ਆ ਗਈ, ਉਹਦੇ ਨਾਲ ਬਹੁਤ ਐਸੀਆਂ ਫੈਮਿਲੀ, ਬਹੁਤ ਐਸੇ ਜਿਹੜੇ ਲੋਕ ਆ ਉਹ ਕੰਮ ਚੋਂ ਬਾਹਰ ਹੋਣ ਦੀ ਕਗਾਰ ਤੇ ਚਲੇ ਜਾਣੇ ਆ, ਕਿਉਂਕਿ ਉਹਨਾਂ ਦੇ ਕੋਲ ਸਿੱਧਾ ਕੰਮ ਜਿਹੜਾ ਆ ਉਹ ਉਹਦੇ ਨਾਲ ਨਹੀਂ ਕਰ ਹੋਣਾ, ਠੀਕ ਹੈ ਨਾ, ਜਾਂ ਉਹ ਨਹੀਂ ਸਮਝ ਪਾਉਂਦੇ ਜਾਂ ਨਹੀਂ ਅੰਡਰਸਟੈਂਡ ਕਰਦੇ। ਸੋ ਇਸ ਕਰਕੇ ਜਿੱਥੇ ਜਿੱਥੇ ਫਾਇਦਾ ਆ ਉੱਥੇ ਉੱਥੇ ਨੁਕਸਾਨ ਵੀ ਹੈਗਾ, ਪਰ ਡੈਫੀਨੇਟਲੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਆ, ਜਿਹੜੀ ਆਉਣ ਵਾਲਾ ਟਾਈਮ ਹੈਗਾ, ਉਹ ਜ਼ਰੂਰ ਇਸ ਚੀਜ਼ ਦੇ ਉੱਤੇ ਆਪਾਂ ਧਿਆਨ ਦੇਣ ਦੀ ਲੋੜ ਹੈ ਕਿ ਇਹ ਕਿੱਥੇ ਤੱਕ ਪਹੁੰਚ ਸਕਦਾ, ਕਿੱਥੇ ਜਾ ਰਿਹਾ ਹੈਗਾ ਸਾਰਾ ਕੁਛ। ਜੀ ਜੀ ਬਿਲਕੁਲ, ਤੇ ਕੁਛ ਸਰੋਤੇ ਵੀ ਆਪਣੇ ਨਾਲ ਜੁੜ ਰਹੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਹਾਂ ਇਸ ਦੇ ਉੱਤੇ, ਇਲੈਕਟ੍ਰੋਨਿਕ ਬ੍ਰੋਕਰੇਜ ਅਤੇ ਆਟੋਨਮਸ ਟਰੈਕਿੰਗ ਨੂੰ ਲੈ ਕੇ ਕੀ ਕੁਛ ਹੋਰ ਅਪਡੇਟਸ ਚੱਲ ਰਹੀਆਂ, ਉਸ ਬਾਰੇ ਵੀ ਆਪਾਂ ਚਰਚਾ ਜਾਰੀ ਰੱਖਾਂਗੇ। ਉੱਦਾਂ ਤੁਸੀਂ ਕਾਲ ਕਰ ਸਕਦੇ ਹਾਂ ਨੰਬਰ 408-282-5200। ਓਂਕਾਰ ਸਿੰਘ ਜੀ ਜੁੜੇ ਨੇ ਆਪਣੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਤੇ ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਾੜੀ ਖਬਰ ਸਾਂਝੀ ਕਰਨੀ ਸੀ ਆਪਣੇ ਸਰੋਤਿਆਂ ਨਾਲ, ਪੰਜਾਬੀ ਰੇਡੀਓ ਦੇ USA ਦੇ ਮਾਧਿਅਮ ਜੀ। ਆਪਣੇ ਇੱਕ ਭਾਈ ਸਾਹਿਬ ਸੀਗੇ ਜੀ, ਉਹਨਾਂ ਦਾ ਐਕਸੀਡੈਂਟ ਹੋਇਆ ਆਪਣੇ
ਕੱਲ 2 AM ਸਵੇਰੇ ਕਲਰਾਡੋ ਤੋਂ ਆ ਰਹੇ ਸੀਗੇ I-70 ਵੈਸਟ ਦੇ ਉੱਤੇ, ਤਾਂ ਉਹਨਾਂ ਨਾਂ ਸੀ ਅਮਰਜੀਤ ਸਿੰਘ ਤੇ ਉਹਨਾਂ ਦੀ ਡੈਥ ਹੋ ਗਈ ਆ ਤੇ ਟਰੱਕ ਗਿਆ ਪਲਟ ਉਹਨਾਂ ਦਾ ਐਗਜਿਟ ਲੈਣ ਲੱਗਿਆ। ਮੇਰੇ ਖਿਆਲ ਤੋਂ ਇਨਵੈਸਟੀਗੇਟਰ ਨੇ ਕਿਹਾ ਕਿ ਸੀਟ ਬੈਲਟ ਦਾ ਦੀ ਲੱਗਦੀ ਪ੍ਰੋਬਲਮ, ਤੇ ਮੈਂ ਸਾਰੇ ਸਰੋਤਿਆਂ ਨੂੰ ਇਹ ਕਹਿਣਾ ਚਾਹੁੰਦਾ ਬਈ ਸੀਟ ਬੈਲਟ ਦਾ ਬਹੁਤ ਖਿਆਲ ਰੱਖਿਆ ਕਰੀਏ, ਤੋਂ ਸੀਟ ਬੈਲਟ ਬਹੁਤ ਜ਼ਰੂਰੀ ਹੈਗੀ ਆ। ਤਾਂ ਆਪਣੇ ਹੋਰ ਰਿਸ਼ਤੇਦਾਰ ਹੀ ਸੀਗੇ, ਤਾਂ ਕੋਈ ਐਡੀ ਏਜ ਵੀ ਹੈ ਨਹੀਂ ਸੀ, 59। ਕਿੱਥੋਂ ਦੇ ਰਹਿਣ ਵਾਲੇ ਸੀ? ਹਾਂਜੀ, ਕਿਹੜੀ ਜਗ੍ਹਾ ਦੇ ਰਹਿਣ ਵਾਲੇ ਸੀ? ਕਾਫੀ ਦੇਰ ਦੇ ਰਹਿੰਦੇ ਸੀਗੇ। ਤਾਂ ਆਪਣੇ ਐਕਸਪੀਰੀਅੰਸ ਵਾਲੇ ਸੀ ਜੀ, ਕਾਫੀ ਦੇਰ ਹੋ ਗਏ ਟਰੱਕ ਚਲਾਉਂਦੇ ਨੂੰ, ਇੱਥੇ ਆਉਂਦੇ ਰਹਿੰਦੇ ਸੀ, ਡਿਊਟੀ ਵੀ ਜੁਆਇਨ ਕਰਦੇ ਰਹਿੰਦੇ ਸੀ ਇੰਡੀਆ। ਠੀਕ ਹੈ। ਇਨਵੈਸਟੀਗੇਟਰ ਕਹਿੰਦਾ ਜੀ ਤੇ ਬੈਲਟ ਨੀ ਸੀ ਲਾਈ ਤੁਸੀਂ ਕਹਿੰਦੇ ਨਾ ਉਹਨਾਂ ਨੇ? ਹਾਂਜੀ, ਹਲੇ ਇਹ ਦੱਸ ਰਿਹਾ ਕਿ ਬੈਲਟ ਨੀ ਲਾਈ, ਬੈਲਟ ਮੈਂ ਸਾਰੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਵੀ ਬੈਲਟ ਤਾਂ ਆਪਾਂ ਸੀ ਟਰੱਕ ਦੇ ਬਹਿਣ ਤੋਂ ਪਹਿਲਾਂ ਆਪਾਂ ਨੂੰ ਬੈਲਟ ਲਾਣੀ ਚਾਹੀਦੀ ਹੈ ਜੀ, ਇਹ ਮਤਲਬ ਬਹੁਤ ਜ਼ਰੂਰੀ ਹੈ। ਸਟਾਰਟ ਕਰਨ ਤੋਂ ਪਹਿਲਾਂ ਬੈਲਟ ਲਾਓ ਜੀ, ਬਿਲਕੁਲ ਸਹੀ ਗੱਲ। ਹਾਂਜੀ, ਪਹਿਲਾਂ ਆਪਾਂ ਕਈ ਵਾਰੀ ਰੇਡੀਓ ਯੂਐਸਏ ਦੇ ਰਮਨ ਭਾਜੀ ਨੇ ਵੀ ਇਸ ਬਾਰੇ ਦੱਸਿਆ ਕਈ ਵਾਰੀ, ਤਾਂ ਜੀ ਬਹੁਤ ਮਾੜੀ ਗੱਲ ਹੈ ਜੀ, ਬਹੁਤ ਅਫਸੋਸ ਹੋਇਆ ਹੈ। ਤੇ ਭਾਈ ਹੋਪਫੁਲੀ ਆਉਣ ਵਾਲੇ ਸਮੇਂ 'ਚ ਇਸ ਚੀਜ਼ ਤੋਂ ਬੰਦਾ ਕੁਛ ਸਿੱਖੇ ਤੇ ਇੱਦਾਂ ਦੇ ਇੰਸੀਡੈਂਟ ਜਿਹੜੇ ਬਚ ਸਕਦੇ ਆ, ਜਿੱਥੇ ਚਲੋ ਐਕਸੀਡੈਂਟ ਹੋ ਜਾਂਦਾ ਹੈ, ਪ੍ਰੀਕਾਸ਼ਨ ਲਈਆਂ ਹੋਣ ਤਾਂ ਬਚਾਅ ਹੋ ਜਾਂਦਾ। ਜੀ ਜੀ ਰਮਨ ਜੀ, ਉਹਨਾਂ ਬਾਰੇ ਦੱਸਾਂਗੇ ਜੀ ਪੰਜਾਬੀ ਰੇਡੀਓ ਜੀ। ਕੋਈ ਨਹੀਂ ਦੱਸ ਦਿਓ, ਬਿਲਕੁਲ ਓਮਕਾਰ ਸਿੰਘ ਜੀ, ਕੋਈ ਗੱਲ ਜੀ, ਜ਼ਰੂਰ। ਧੰਨਵਾਦ ਜੀ, ਥੈਂਕ ਯੂ। ਬਿਲਕੁਲ ਜੀ, ਇਹ ਆਪਣੀ ਜਿਹੜੀ ਆ ਸਿਚੁਏਸ਼ਨ ਹੈਗੀ ਆ ਬਹੁਤ ਜ਼ਿਆਦਾ ਹੈਗੀ ਆ, ਇਸ ਵੇਲੇ ਜਿਹੜੀ ਸੀਟ ਬੈਲਟ ਦਾ ਇਸ਼ੂ ਹੈਗਾ ਬਹੁਤ ਜ਼ਿਆਦਾ ਵੱਡਾ ਹੈਗਾ। ਫਿਰ ਇਸੇ ਕਰਕੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਕੰਪਨੀ ਜਿਹੜੀਆਂ ਆ ਉਹ ਡੈਸ਼ ਕੈਮ ਡਰਾਈਵਰ ਫੇਸਿੰਗ ਕੈਮ ਜਿਹੜੇ ਆ ਉਹ ਲਵਾਉਣ ਦੀ ਗੱਲ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉਹਦੇ ਵਿੱਚ ਫਿਰ ਕੰਪਨੀ ਨੂੰ ਇਹ ਪਤਾ ਲੱਗ ਜਾਂਦਾ ਕਿ ਜਦੋਂ ਤੁਸੀਂ ਡਰਾਈਵਰ ਨੇ ਸੀਟ ਬੈਲਟ ਨਹੀਂ ਲਾਈ ਹੋਈ। ਮੈਂ ਹਮੇਸ਼ਾ ਇੱਕ ਐਗਜ਼ਾਮਪਲ ਦਿੰਦਾ ਹੁੰਦਾ, ਇੱਕ ਕਾਫੀ ਵੱਡਾ ਕੈਰੀਅਰ ਹੈਗਾ ਆ, ਉਹਨਾਂ ਨੇ ਆਪਣੇ ਆਪਣੇ ਜਿਹੜੇ ਆ ਡਰਾਈਵਰ ਫੇਸਿੰਗ ਡੈਸ਼ ਕੈਮ ਲਗਵਾਏ ਸੀ, ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਸਾਡਾ ਜਿਹੜਾ ਸੀਟ ਬੈਲਟ ਦੀ ਵਾਇਲੇਸ਼ਨ ਆ ਉਹ ਆਲਮੋਸਟ ਲਾਈਕ 80% ਦੇ ਲਾਗੇ 90% ਦੇ ਲਾਗੇ ਸਾਰੀ ਖਤਮ ਹੋ ਗਈ ਸੀ ਸਾਰੀ। ਸੋ ਇਹ ਜਿਹੜੀ ਚੀਜ਼ਾਂ ਹੈਗੀਆਂ, ਫਿਰ ਆਪਾਂ ਨੂੰ ਜਦੋਂ ਆਪਾਂ ਆਪਣੀ ਜਿਹੜੀ ਰਿਕੁਆਇਰਮੈਂਟ ਆ ਜਿਹੜੀ ਸਾਡੀ ਜੋਬ ਦੀ ਜਾਂ ਜਿਹੜੀ ਆਪਣੀ ਸੇਫਟੀ ਦੀ ਰਿਕੁਆਇਰਮੈਂਟ ਆ ਜਦੋਂ ਅਸੀਂ ਪੂਰੀ ਨਹੀਂ ਕਰਦੇ, ਫਿਰ ਹੌਲੀ ਹੌਲੀ ਸਾਨੂੰ ਧੱਕੇ ਦੇ ਨਾਲ ਉਹ ਚੀਜ਼ਾਂ ਪੂਰੀਆਂ ਕਰਵਾਉਂਦੇ ਆ, ਤੇ ਫਿਰ ਉਸ ਚੀਜ਼ 'ਚ ਅਸੀਂ ਫਿਰ ਜਾ ਕੇ ਫਿਰ ਅੱਗੇ ਮਤਲਬ ਕਿ ਰੌਲਾ ਪਾਉਂਦੇ ਕਿ ਸਾਡੀ ਪ੍ਰਾਈਵੇਸੀ ਹੈ ਆਹ ਆ ਉਹ ਆ, ਪਰ ਉਹ ਜਿਹੀਆਂ ਚੀਜ਼ਾਂ ਹੈਗੀਆਂ ਉਹ ਡੈਫੀਨੇਟਲੀ ਆਪਾਂ ਨੂੰ ਸੋਚਣ ਤੇ ਮਜ਼ਬੂਰ ਕਰਦੀਆਂ ਕਿ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ, ਬਹੁਤ ਜ਼ਰੂਰੀ। ਇਹ ਤਾਂ ਆਪਣੀ ਸੇਫਟੀ ਆ, ਇਹਦਾ ਇਹਦੇ ਵਿੱਚ ਤਾਂ ਕੋਈ ਵੱਡੀ ਗੱਲ ਨਹੀਂ ਗੀ। ਹੁਣ ਜਿਹੜੀ ਭਾਜੀ ਹੁਣੀ ਗੱਲ ਕਹਿ ਕੇ ਗਏ ਆ, ਦੇਖੋ ਉਹ ਹੋ ਸਕਦਾ ਸੀ ਜੇ ਸੀਟ ਬੈਲਟ ਲਾਈ ਹੁੰਦੀ ਜੈਕ ਨਾਈਫ ਹੋ ਗਿਆ ਸੀ, ਸੱਟ ਫੇਟ ਲੱਗ ਸਕਦੀ ਸੀਗੀ, ਪਰ ਜਿਹੜਾ ਜੈਕ ਹੋ ਗਿਆ ਉਹ ਦੇਖੋ ਬਹੁਤ ਵੱਡੀ ਗੱਲ ਆ। ਚਲੋ ਬੰਦਾ ਥੋੜਾ ਚਿਰ ਲਾ ਕੇ ਫਿਰ ਦੁਬਾਰਾ ਠੀਕ ਹੋ ਜਾਂਦਾ। ਸੋ ਭਾਈ ਇਹ ਜ਼ਰੂਰੀ ਆ, ਆਪਾਂ ਦੇਖਦੇ ਵੀ ਆ ਰਮਨ ਜੀ ਕਈ ਵਾਰੀ ਜਦੋਂ ਏਦਾਂ ਹੁੰਦਾ, ਬਹੁਤ ਭਿਆਨਕ ਐਕਸੀਡੈਂਟਸ ਦੇ ਵਿੱਚੋਂ ਵੀ ਕਈ ਲੋਕ ਜਿਹੜੇ ਉਹ ਬਾਲ ਬਾਲ ਵੱਜ ਜਾਂਦੇ ਆ, ਕਈ ਵਾਰੀ ਛੋਟੀ ਜਿਹੀ ਗੱਲ ਦੇ ਵਿੱਚ ਵੀ ਜਿਹੜੀ ਉਹ ਜਾਨ ਚਲੇ ਜਾਂਦੀ ਆ। ਸੋ ਆਪਣੇ ਵੱਲੋਂ ਤੁਸੀਂ ਕੋਈ ਕਸਰ ਨਾ ਛੱਡੋ, ਇਹ ਆਪਾਂ ਤੁਹਾਨੂੰ ਜ਼ਰੂਰ ਆਖਦੇ ਹਾਂ। ਸੋ ਬੜੀ ਅਫਸੋਸ ਵਾਲੀ ਗੱਲ ਆ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਇਹ ਚੀਜ਼ ਜਿਹੜੀ ਉਹ ਵਾਪਰੀ ਆ ਜੀ। ਅਤੇ ਰਮਨ ਜੀ, ਹੁਣ ਇਸੇ ਚੀਜ਼ ਨੂੰ ਜੇ ਆਪਾਂ ਅੱਗੇ ਵਧਾਈਏ ਨਾ, ਵੀ ਨੋ ਡਾਊਟ ਆਟੋਨਮਸ ਟਰੱਕਿੰਗ ਦਾ, ਅਤੇ ਚਲੋ ਇਹ ਇੰਸੀਡੈਂਟ ਤੋਂ ਬਾਅਦ ਉਹ ਗੱਲ ਕਰਨੀ ਥੋੜ੍ਹੀ ਔਡ ਲੱਗਦੀ, ਪਰ ਇਹ ਰਿਐਲਿਟੀ ਆ ਵੀ ਜਿਹੜੀਆਂ ਕੰਪਨੀਜ਼ ਆ, ਜਿੱਦਾਂ ਤੁਸੀਂ ਡੈਸ਼ ਕੈਮ ਦੀ ਗੱਲ ਕੀਤੀ ਆ, ਜੇ ਡਰਾਈਵਰਲੈਸ ਆਟੋਨਮਸ ਟਰੱਕਿੰਗ ਹੋਊਗੀ, ਕੰਪਨੀਜ਼ ਦੀ ਲਾਇਬਿਲਟੀ ਬਹੁਤ ਘੱਟਦੀ ਆ। ਆਪਾਂ ਅਸੈਂਬਲੀ ਲਾਈਨਸ ਦੇ ਵਿੱਚ ਦੇਖਿਆ ਸੀਗਾ ਕਿਸ ਤਰੀਕੇ ਦੇ ਨਾਲ ਜਿੱਥੇ ਲੋਕ ਹੁੰਦੇ ਸੀਗੇ ਉਹ ਕਿੰਨੇ ਘੱਟ ਜਿਹੜੇ ਉਹ ਹੋ ਗਏ, ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੌਲੀ ਹੌਲੀ ਮਸ਼ੀਨਾਂ ਜਿਹੜੀਆਂ ਉਹਨਾਂ ਨੂੰ ਓਵਰਟੇਕ ਕਰ ਰਹੀਆਂ,
ਉਹਨਾਂ ਦੀ ਥਾਂ ਜਿਹੜੀਆਂ ਉਹ ਲੈ ਰਹੀਆਂ ਆ। ਆਟੋਨਮਸ ਟਰੈਕਿੰਗ ਦਾ ਇੱਕ ਬਿੱਲ ਇੱਥੇ ਪਾਸ ਹੋਣਾ ਸੀਗਾ ਬੈਨ ਨੂੰ ਲੈ ਕੇ, ਵੀ 10,000 pounds ਤੋਂ ਵੱਧ ਭਾਰਾ ਜਿਹੜਾ ਵੀ ਕੋਈ ਟਰੱਕ ਆ ਉਹਦੇ ਵਿੱਚ ਇੱਕ ਸੇਫਟੀ ਓਪਰੇਟਰ ਚਾਹੀਦਾ ਆ। ਦੋਨਾਂ ਧਿਰਾਂ ਨੇ ਮਿਲ ਕੇ ਇਸ ਨੂੰ ਪਾਸ ਕਰਾਇਆ, ਯੂਨੀਅਨਸ ਵੀ, ਟਰੱਕਰਸ ਵੀ, ਸਾਰੇ ਜਾਣੇ ਉਸਦੇ ਹੱਕ 'ਚ ਸੀਗੇ, ਪਰ ਗਵਰਨਰ ਸਾਹਿਬ ਨੇ ਉਸਨੂੰ ਵੀਟੋ ਕਰ ਦਿੱਤਾ, ਕਹਿੰਦੇ ਵੀ ਇਸ ਚੀਜ਼ ਦੀ ਲੋੜ ਨਹੀਂ ਆ। ਸੋ ਜਿਹੜਾ ਸੇਫਟੀ ਓਪਰੇਟਰ ਰੱਖਣਾ ਅਤੇ 10,000 pounds ਤੋਂ ਉੱਤੇ ਵਾਲੇ ਨੂੰ ਬੈਨ ਕਰਨਾ ਆਟੋਨਮਸ ਵਹੀਕਲਸ ਨੂੰ, ਉਸ ਦੇ ਉੱਤੇ ਉਹਨਾਂ ਨੇ ਵੀਟੋ ਕਰ ਦਿੱਤਾ। ਹੁਣ ਉਹਦੇ ਨਾਲ ਕੀ ਹੋਇਆ ਆ ਵੀ ਇੱਕ ਵਾਰੀ ਫਿਰ ਜਿਹੜੀ ਆਟੋਨਮਸ ਟਰੱਕਿੰਗ ਦੀ ਮਾਰਕੀਟ ਆ ਉਹ ਰੈੱਡ ਹੌਟ ਹੋਣੀ ਸ਼ੁਰੂ ਹੋ ਗਈ। ਅੱਜ ਵੋਲਵੋ ਕਹਿ ਰਿਹਾ ਆ ਵੀ ਉਹ $42 billion ਦੀ ਇਸ ਮਾਰਕੀਟ ਦੇ ਵਿੱਚ ਇਕੱਲੇ ਜਿਹੜੇ US ਦੇ ਜਿਹੜਾ ਸਨਬੈਲਟ ਏਰੀਆ ਆ ਉਹਦੇ ਵਿੱਚ ਆਪਣੀ ਆਟੋਨਮਸ ਟਰੱਕਿੰਗ ਨੂੰ ਹੌਲੀ ਹੌਲੀ ਜਿਹੜੀ ਉਹ ਵਧਾਉਣ ਜਾ ਰਹੀ ਆ। ਉਹਨਾਂ ਦੇ ਆਲਰੇਡੀ ਟਰੱਕਸ ਜਿਹੜੇ ਉਹ ਚੱਲ ਰਹੇ ਨੇ ਸਦਰਨ ਕੈਲੀਫੋਰਨੀਆ ਤੋਂ ਫਲੋਰੀਡਾ ਦੇ ਵਿੱਚ। ਕਹਿੰਦੇ ਵੀ ਆਟੋਨਮਸ ਟਰੱਕਿੰਗ ਦੇ ਕਰਕੇ $42 billion ਦੀ ਸਾਲਾਨਾ ਜਿਹੜੀ ਮਾਰਕੀਟ ਆ ਉਹ ਇੱਕ ਨਵੀਂ ਕ੍ਰੀਏਟ ਕਰਨ ਵੱਲ ਨੂੰ ਜਿਹੜਾ ਹੁਣ ਜ਼ੋਰ ਲੱਗਾ ਪਿਆ ਆ। ਸੋ ਇਹ ਤੇਜ਼ੀ ਦੇ ਨਾਲ AI ਦੀ ਆਪਾਂ ਗੱਲ ਕੀਤੀ ਸੀ, ਬਹੁਤ ਸਾਰਾ ਡਾਟਾ ELDs ਤੋਂ ਹੋਰ ਜਿਹੜੀਆਂ ਵੱਖ ਵੱਖ ਸੈਂਸਰਸ ਤੋਂ ਅਤੇ ਵੱਖ ਵੱਖ ਚੀਜ਼ਾਂ ਤੋਂ ਇਕੱਠਾ ਹੋ ਕੇ ਉਸੇ ਪਾਸੇ ਵੱਲ ਨੂੰ ਗੱਲ ਵੱਧਦੀ ਨਜ਼ਰ ਆ ਰਹੀ ਹੈ। ਜੀ ਬਿਲਕੁਲ, ਇਹ ਬਿੱਲ ਜਿਹੜਾ ਸੀਗਾ ਨਾ ਅਸੈਂਬਲੀ ਬਿੱਲ 316 ਸੀ, ਇਹਨੂੰ ਯੂਨੀਅਨਸ ਬੜੀਆਂ ਸਪੋਰਟ ਕਰਦੀਆਂ ਸੀਆਂ, ਹੋਰ ਲੋਕ ਵੀ ਜਿਹੜੇ ਹੈਗੇ ਆ, ਪਰ ਗਵਰਨਰ ਨੇ ਇਹਨੂੰ ਨਾ ਕਰਤਾ ਵੀ ਹੁਣ ਜਿਹੜੇ ਟਰੱਕ ਹੋ ਗਏ ਆਟੋਨੋਮਸ ਉਹਦੇ ਵਿੱਚ ਡਰਾਈਵਰ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ। ਜੀ ਤੁਸੀਂ ਦੇਖ ਲਓ ਜੀ, ਇਹ ਜਿਹੜੀ ਆਪਣੀ ਸਟੇਟ ਹੈਗੀ ਆ ਇਹ ਪ੍ਰੋ ਯੂਨੀਅਨ ਕਿੰਨੀ ਹੈਗੀ ਆ, ਪਰ ਸਟਿਲ ਉਹ ਚੀਜ਼ ਦੇ ਉੱਤੇ ਇਹ ਕੰਮ ਜਿਹੜਾ ਦੂਜੇ ਬੰਨ ਨੂੰ ਚੱਲ ਪਿਆ, ਕਿਉਂਕਿ ਦੇਖੋ ਜੀ ਮਨੀ ਬਹੁਤ ਹੈ ਇਹਦੇ ਵਿੱਚ, ਮਨੀ ਬਹੁਤ ਜ਼ਿਆਦਾ ਇਨਵੋਲਵ ਹੈਗੀ ਕਰਕੇ ਕੁਛ ਵੀ ਹੋ ਸਕਦਾ। ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਧਰਮ ਸ਼ਰਮਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਧੰਨਵਾਦ ਜੀ, ਇੰਨੀ ਜ਼ਿਆਦਾ ਇਨਫੋਰਮੇਸ਼ਨ ਲੈ ਕੇ ਆਉਂਦੇ ਆ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਦੋ ਗੱਲਾਂ ਕਰਨੀਆਂ ਸੀ ਜੀ ਭਾਜੀ, ਇੱਕ ਤਾਂ ਅਸੀਂ ਜਿਹੜੀ ਆ ਬ੍ਰੋਕਰ ਪੇ ਵਾਲੀ ਵੀ ਇੰਨਾ ਜ਼ਿਆਦਾ ਇਹਦੇ ਖਿਲਾਫ਼ ਆਪਾਂ ਕੀ ਕਰ ਸਕਦੇ ਹਾਂ, ਜਿਵੇਂ 30 days ਜਾਂ 28 days ਨੈੱਟ ਟਰਮ ਹੁੰਦੀ ਆ, ਉਹ 3-3 months 4-4 months ਪੇਮੈਂਟ ਹੀ ਨਹੀਂ ਦਿੰਦੇ ਹੈਗੇ। ਉੱਧਰ ਫੈਕਟਰੀ ਕੰਪਨੀਆਂ ਵਾਲੇ ਤੁਹਾਡਾ ਕੈਸ਼ ਰਿਜ਼ਰਵ ਰੱਖਣ ਲੱਗ ਜਾਂਦੇ ਆ। ਦੇਖੋ ਜੀ ਇੱਥੇ ਤਾਂ ਜਿਹੜੀ ਆਪਾਂ ਗੱਲ ਕੀਤੀ ਹੈਗੀ ਇਸ ਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਬ੍ਰੋਕਰ ਦੀ ਚੈੱਕ ਕਰੀਏ, ਬ੍ਰੋਕਰ ਨੂੰ ਕਿ ਬ੍ਰੋਕਰ ਕੀ ਕਿੰਨੇ ਦਿਨਾਂ 'ਚ ਪੇ ਕਰ ਜੇ ਤੁਹਾਡਾ ਬ੍ਰੋਕਰ ਦੀ ਹੈਗਾ ਕਿ ਬ੍ਰੋਕਰ ਤੁਹਾਡਾ 40 days, 50 days, 60 days ਪੇ ਕਰ ਰਿਹਾ ਤੇ ਉਹਦਾ ਲੋਡ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਲੋਡ ਉਹਦਾ ਮਨਾ ਕਰ ਸਕਦੇ ਹਾਂ ਕਿ ਤੁਹਾਡਾ ਭਾਈ ਤੁਹਾਡਾ ਪੇ ਜਿਹੜਾ ਉਹ 60 days ਹੈਗਾ, ਵੀ ਮੇਰੀ ਮੈਂ ਇੰਨੀ ਦੇਰ ਤੱਕ ਹੋਲਡ ਨਹੀਂ ਕਰ ਸਕਦਾ, ਮੈਂ ਇੰਨੀ ਦੇਰ ਤੱਕ ਮੈਂ, ਕਿਉਂਕਿ ਤੁਸੀਂ ਜਿਹੜੀ ਆਪਣੇ ਫੈਕਟਰਿੰਗ ਵੀ 30 days ਦੇ ਲਈ ਤੁਹਾਨੂੰ ਰੇਟ ਜਿਹੜਾ ਮਿਨੀਮਮ ਦਿੰਦੇ ਹੈਗੇ ਆ, ਉਸ ਤੋਂ ਬਾਅਦ ਜਦੋਂ ਉੱਪਰ ਚਲਾ ਜਾਂਦਾ ਤੁਹਾਡਾ ਉੱਪਰ ਚਲਾ ਜਾਂਦਾ, ਤੁਸੀਂ ਆਲਮੋਸਟ ਜਿਹੜੀ ਟਰੱਕਿੰਗ 10-15% ਦੇ ਕੰਮ ਕਰਦੀ ਹੈ ਜੀ, ਉਹ 'ਚੋਂ 2-3% ਤੁਸੀਂ ਫੈਕਟਰਿੰਗ ਨੂੰ ਘਟਾ ਦਿੱਤਾ ਤੇ ਫਿਰ ਤੁਹਾਡੇ ਚਾਰਜ ਬੈਕ ਸਾਲ ਦੇ ਵਿੱਚ ਤੁਹਾਨੂੰ ਇੱਕ ਵੀ ਚਾਰਜ ਬੈਕ ਹੋ ਗਿਆ, ਤੁਹਾਡੇ ਸਾਰੇ ਸਾਲ ਦੀ ਜਿਹੜੀ ਚੀਜ਼ ਆ ਉਹ ਖਤਮ ਹੋ ਜਾਂਦੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਆ ਹਰ ਇੱਕ ਨੂੰ ਸੋਚਣੀਆਂ ਪੈਣੀਆਂ, ਹਰ ਇੱਕ ਨੂੰ ਇਹ ਚੀਜ਼ ਕਰਨੀ ਪੈਣੀ ਆ ਬਈ ਇਹਨਾਂ ਚੀਜ਼ਾਂ ਦੇ ਉੱਤੇ ਕਿੱਥੇ ਤੱਕ ਅਸਰ ਹੁੰਦਾ ਹੈ, ਠੀਕ ਹੈ ਨਾ। ਸੋ ਇਹ ਤੁਹਾਨੂੰ ਪਹਿਲਾਂ ਦੇਖਣਾ ਪੈਣਾ ਵੀ ਜਿਹੜੇ ਕਿਹੜੇ ਬ੍ਰੋਕਰ ਨਾਲ ਕੰਮ ਕਰਨਾ, ਜਿਹੜਾ ਬ੍ਰੋਕਰ ਲੇਟ ਤੇ ਕਰ ਰਿਹਾ ਨਾ ਕੰਮ ਕਰੋ ਉਹਦੇ ਨਾਲ। ਇਹਦਾ ਫਿਰ ਰਮਨ ਜੀ ਇਹ ਹੈ ਨਾ ਬਹੁਤ ਜ਼ਿਆਦਾ ਨੈਰੋ ਡਾਊਨ ਹੋ ਗਿਆ, ਕਿਉਂਕਿ ਪਹਿਲਾਂ ਹੀ ਲਾ ਲਓ ਜੀ ਜਿਹੜੇ ਉਹਨਾਂ ਦੀ ਰੇਟਿੰਗ ਹੈ ਉਹ ਤਾਂ ਫੈਕਟਰਿੰਗ ਕੰਪਨੀ ਪਹਿਲਾਂ ਹੀ ਦਿੰਦੀ ਹੈ ਜੀ ABC, ਉਦੋਂ ਥੱਲੇ ਤਾਂ ਉਹ ਵੈਸੇ ਹੀ ਨਹੀਂ ਲੈ ਰਹੀਆਂ। ਜੇ ਤੁਸੀਂ ਮੰਨ ਲਓ 40 days ਵਾਲੇ ਨੂੰ ਵੀ ਕੱਢ ਦੋਗੇ ਫਿਰ ਉਹ ਤਾਂ ਬਚਦੇ ਹੀ ਬਹੁਤ ਥੱਲੇ ਨੇ, ਫਿਰ ਤਾਂ ਇਹਦਾ ਮਤਲਬ ਕੰਮ ਕਰਨਾ ਹੀ ਬਹੁਤ ਮੁਸ਼ਕਿਲ ਹੈ। ਭਾਜੀ ਫ੍ਰੀ ਕੰਮ ਕਰਨ ਨਾਲ ਉਹ ਪੈਸੇ ਨਾ ਲੈਣ ਤੇ ਮੈਂ ਕਿੰਨਾ ਉਹਨੂੰ ਛੱਡਣਾ ਚੰਗਾ, ਥੋੜਾ ਮਤਲਬ ਕਿ ਜਿਹੜਾ ਇਸ ਇਹੋ ਹੀ ਚੀਜ਼ ਤੇ ਵੀਡ ਆਊਟ ਕਰਨ ਦੀ ਲੋੜ ਹੈ, ਇਹੋ ਹੀ ਚੀਜ਼ਾਂ ਜਿਹੜੀਆਂ ਆ ਆਪਾਂ ਨੂੰ ਕਰਨੀਆਂ ਪੈਣੀਆਂ। ਆਪਾਂ ਜਦੋਂ ਇਹ ਸੋਚ ਕੇ ਕਰਦੇ ਹਾਂ ਨਾ ਜੇ ਆਪਾਂ ਉਹਨਾਂ ਨੂੰ ਸੁਧਾਰਨ ਦੀ ਬਜਾਏ ਆਪਾਂ ਆਪਣੇ ਆਪ ਨੂੰ ਗਲਤ ਕਰਨ ਤੇ ਮਜ਼ਬੂਰ ਕਰ ਲੈਂਦੇ ਹਾਂ, ਠੀਕ ਹੈ ਨਾ। ਸੋ ਜੇ ਅਸੀਂ ਆਪਣੇ ਆਪ ਨੂੰ ਸੁਧਾਰਾਂਗੇ ਤੇ ਉਹਨਾਂ ਨੂੰ ਸੁਧਾਰਾਂਗੇ ਤੇ ਫਿਰ ਹੀ ਕੰਮ। ਜੇ ਆਪਾਂ ਇਹ ਸੋਚ ਕੇ ਕਹਿੰਦਾ ਯਾਰ ਆਪਣੇ ਤਾਂ ਲੁੜ ਕੱਢ, ਫਿਰ ਇਹ ਇੱਕ ਇੱਕ ਕਰਕੇ ਨੁਕਸਾਨ ਆਪਣਾ ਹੀ ਹੋਣਾ ਹੈ।
ਠੀਕ ਹੈ ਨਾ। ਇੱਕ ਤਾਂ ਦੇਖੋ ਮੈਂ ਤਾਂ ਗੱਲ ਕਰਦਾ ਕਿ ਬਜਾਏ ਇਹਦੇ ਕਿ ਮੇਰੇ ਕੋਲ 50 ਬ੍ਰੋਕਰਾਂ ਦੀ ਥਾਂ ਤੇ ਮੈਂ 10 ਬ੍ਰੋਕਰਾਂ ਨਾਲ ਕੰਮ ਕਰਾਂ, ਪਰ 10 ਦਾ ਮੈਂ ਇਹ ਕਰਾਂ ਵੀ 10 ਦੇ ਵਿੱਚ ਮੈਨੂੰ ਪਤਾ ਵੀ ਮੈਨੂੰ ਪੈਸੇ ਮਿਲਣੇ ਹੀ ਮਿਲਣੇ, 100% ਮੇਰੀ ਸ਼ੋਰਟੀ ਹੈ, ਠੀਕ ਹੈ ਨਾ। ਚਲੋ 100% ਸ਼ੋਰਟੀ ਤਾਂ ਨਹੀਂ ਮੈਂ ਕਹਿੰਦਾ, ਪਰ ਫਿਰ ਵੀ ਮੈਕਸੀਮਮ ਸਿਕਿਉਰਟੀ ਮੈਨੂੰ ਮਿਲਣੇ ਹੀ ਮਿਲਣੀ, ਠੀਕ ਹੈ ਨਾ। ਪਰ ਜੇ ਹੁਣ ਅਸੀਂ ਇਹ ਕਹੀਏ ਵੀ ਯਾਰ ਇੱਦਾਂ ਆਪਾਂ 50 ਦੇ ਵਿੱਚੋਂ 10 ਦੇ ਕੰਮ ਕਰਾਂਗੇ ਤੇ ਫਿਰ 10 ਦੇ ਨਾਲ ਤੇ ਆਪਣਾ ਬਹੁਤ ਕੰਟਰੋਲ ਘੱਟ ਗਿਆ, ਫਿਰ ਆਪਾਂ 20 ਦੇ ਤੇ ਉਹ ਆਪਾਂ ਆਪਾਂ ਰਿਸਕ ਲਈਏ, ਉਹ ਰਿਸਕ ਫੈਕਟਰ ਆ। ਜਿੰਨਾ ਤੁਸੀਂ ਵੱਧ ਰਿਸਕ ਲਓ ਤੇ ਜਿੰਨਾ ਤੁਸੀਂ ਇਹ ਚੀਜ਼ ਕਰੋਗੇ ਓਨਾ ਤੁਹਾਨੂੰ ਤੁਸੀਂ ਵਲਨਰੇਬਲ ਹੈਗੇ ਆ ਉਹਦੇ ਲਈ। ਪਰ ਇਹ ਆ ਕਿ ਤੁਹਾਨੂੰ ਲਾਮਬੰਦ ਹੋਣਾ ਪੈਣਾ, ਇਕੱਠੇ ਹੋਣਾ ਪੈਣਾ ਇਸ ਚੀਜ਼ ਦੇ। ਹੁਣ ਜਿਹੜੀ ਆਪਾਂ ਬਹੁਤ ਵਾਰੀ ਰਾਜਨ ਆਪਾਂ ਨੂੰ ਕਾਲ ਵੀ ਆਉਂਦੀ ਹੁੰਦੀ ਆ ਵੀ ਜਿਹੜੇ ਆਪਣੇ ਕੈਰੀਅਰ 411 ਦੀ ਕੰਪਲੇਂਟ ਸਾਡੇ ਤੇ ਫਾਇਦ ਹੋਈ ਆ ਤੇ ਉਹਨਾਂ ਨੇ ਸਾਡਾ ਸਾਨੂੰ ਲੋਡ ਦੇਣਾ ਬੰਦ ਕਰਤਾ ਆ, ਅਸੀਂ ਕੋਈ ਵੀ ਬ੍ਰੋਕਰ ਸਾਨੂੰ ਲੋਡ ਨਹੀਂ ਦਿੰਦਾ। ਉਹ ਕੀ ਆ, ਉਹ ਇੱਕ ਕੰਪਲੇਂਟ ਹੀ ਆ ਤੇ ਕੰਪਲੇਂਟ ਦੇ ਖਿਲਾਫ਼ ਸਾਰੇ ਬ੍ਰੋਕਰ ਇਕੱਠੇ ਹੋ ਜਾਂਦੇ ਆ, ਦੈਟਸ ਇਟ, ਕੋਈ ਵੱਡੀ ਕੰਮ ਨਹੀਂ, ਕੋਈ ਵੱਡੀ। ਤੇ ਜੇ ਇੱਥੇ ਤੁਸੀਂ ਕੈਰੀਅਰ ਜਿਹੜੇ ਆ ਉਹ ਬ੍ਰੋਕਰ ਦੇ ਖਿਲਾਫ਼ ਕੰਪਲੇਂਟ ਪਾਉਂਦੇ ਤਾਂ ਸਾਰੇ ਕੈਰੀਅਰ ਸੋਫੇ ਤੇ ਬੈਠ ਕੇ ਟਰੱਕ ਚਲਾਉਣ ਵਾਲਾ ਰਿਵਾਜ ਬਹੁਤ ਜ਼ਿਆਦਾ ਵੱਧ ਰਿਹਾ, ਟੰਗਾ ਰੱਖੀਆਂ ਹੁੰਦੀਆਂ ਡੈਸ਼ਬੋਰਡਾਂ ਤੇ, ਫੋਨ ਹੱਥ ਚ ਫੜੇ ਹੁੰਦੇ ਜਾਂ ਚਾਹ ਦਾ ਕੱਪ ਹੱਥ ਚ ਫੜਿਆ ਹੁੰਦਾ, ਕੰਨਾਂ ਚ ਟੂਟੀਆਂ ਲੱਗੀਆਂ, ਉਹ ਇੰਨਾ ਜ਼ਿਆਦਾ ਨਾ ਜੀ ਕਿ ਤੁਹਾਨੂੰ ਹਰ ਚੌਥਾ ਪੰਜਵਾਂ ਟਰੱਕ ਮਿਲ ਜਾਣਾ। ਤਾਂ ਰਿਕੁਐਸਟ ਹੀ ਹੈ ਬਾਕੀ ਪਲੀਜ਼ ਉਹਦੀ ਕੰਪਲੇਨ ਜ਼ਰੂਰ ਕਰੋ, ਚਾਹੇ 911 ਕਰੋ ਚਾਹੇ। ਹਾਂਜੀ ਰਮਨ ਜੀ ਕੀ ਕਹਿ ਰਹੇ ਸੀ? ਮੈਂ ਕਿਹਾ ਰਿਕੁਐਸਟ ਨਹੀਂ, ਇੱਥੇ ਰਿਪੋਰਟ ਰਿਪੋਰਟ ਰਿਪੋਰਟ, ਠੀਕ ਹੈ ਨਾ। ਸਾਡੀਆਂ 5-7 ਤੁਸੀਂ ਰਾਹ ਜਾਂਦੇ ਰਿਪੋਰਟਾਂ ਕੀਤੀਆਂ, ਹਰ ਇੱਕ ਨੇ ਜਿਹੜਾ ਜਿਹੜਾ ਚੰਗਾ ਟਰੱਕਿੰਗ ਦੇ ਲਈ ਚੰਗੀ ਸੋਚ ਰੱਖਣ ਵਾਲਾ ਬੰਦਾ ਆ ਉਹਨੂੰ ਮੇਰੀ ਰਿਕੁਐਸਟ ਆ ਕਿ ਜੇ ਤੁਸੀਂ ਇੱਦਾਂ ਦੀ ਚੀਜ਼ ਦੇ ਨਹੀਂ ਰਿਪੋਰਟ ਕਰਦੇ ਤੁਸੀਂ ਵਧਾਵਾ ਦੇ ਰਹੇ ਆ, ਤੁਸੀਂ ਵਧਾ ਰਹੇ ਆ। ਸੋ ਪਲੀਜ਼ ਰਿਪੋਰਟ ਰਿਪੋਰਟ ਰਿਪੋਰਟ, ਤੁਹਾਡੇ ਕੋਲ ਆਪਾਂ ਕੋਲ ਲਾਓ ਕੱਢ ਦਿਓ ਰਿਪੋਰਟ ਕਰੋ, ਦੇਖੋ ਫਿਰ ਜੇ ਨਾ ਹਰ ਇੱਕ ਬੰਦੇ ਨਾਲ ਪੈਸਾ ਪਤਾ ਨਹੀਂ ਕਿਹੜਾ ਨਾਮ ਜਿਹਨੇ ਮੇਰੀ ਰਿਪੋਰਟ ਕਰਨੀ ਜੀ। ਕੋਈ ਵੀ ਗਲਤ ਚਲਾ ਰਿਹਾ, ਚਾਹੇ ਉਹ ਕਾਰ ਵਾਲਾ ਚਲਾ ਰਿਹਾ ਚਾਹੇ ਕੋਈ ਟਰੱਕ ਵਾਲਾ ਚਲਾ ਰਿਹਾ, ਭਾਈ ਨਹੀਂ ਤਾਂ ਰਿਪੋਰਟ ਰਿਪੋਰਟ ਦਾ ਸਾਹਮਣਾ ਕਰੋ ਤੇ ਕਰੂੰਗੇ ਤੇ ਚੰਗੇ ਰਵਾਂਗੇ, ਆਪਣੀ ਸੇਫਟੀ ਹੈ ਸਾਰਿਆਂ ਦੀ। ਹਾਂਜੀ ਧਰਮ ਭਾਜੀ ਕੁਛ ਬਹੁਤ ਜ਼ਿਆਦਾ ਵੱਧ ਗਿਆ ਜੀ, ਵਿਜ਼ਿਬਿਲਿਟੀ ਜਿਹੜੀ ਉਹ ਘਟਾ ਲੈਂਦੇ ਆ, ਉਹ ਕਈ ਚੀਜ਼ਾਂ ਜਿਹੜੀਆਂ ਤੁਸੀਂ ਜ਼ਿਕਰ ਕੀਤਾ ਵੀ ਉਹ ਸਾਰਾ ਕੁਛ ਉਹਦੇ ਵਿੱਚ ਆ ਜਾਂਦਾ। ਫਰਕ ਆ ਇੱਥੇ ਦੀ ਟਰੈਕਿੰਗ ਤੇ ਜਿੱਥੋਂ ਆਪਾਂ ਆਏ ਆ ਉੱਥੇ ਦੇ ਸ਼ੌਂਕ ਤੇ ਉੱਥੇ ਦੀ ਹਿਸਾਬ ਦੇ ਨਾਲ ਉਹ ਥੋੜਾ ਫਰਕ ਹੈਗਾ ਆ। ਸੋ ਆਪਾਂ ਨੂੰ ਇੱਥੇ ਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ, ਆਪਾਂ ਬਾਕੀਆਂ ਦੇ ਲਈ ਆਪਣੇ ਆਪ ਦੇ ਲਈ ਰਿਸਕ ਨਾ ਬਣੀਏ, ਡੇਂਜਰ ਨਾ ਬਣੀਏ ਰੋਡ ਦੇ ਉੱਤੇ, ਇਹੀ ਮੇਨ ਆ ਜੀ। ਥੈਂਕ ਯੂ ਭਾਜੀ ਕਾਲ ਦੇ ਲਈ, ਮਿਹਰਬਾਨੀ, ਧੰਨਵਾਦ ਜੀ ਜੀ। ਜੀ ਰਮਨ ਜੀ ਬਿਲਕੁਲ ਜੀ, ਮੈਂ ਇਸ ਚੀਜ਼ ਦੇ ਉੱਤੇ ਤਾਂ ਆਪਾਂ ਵਾਰ ਵਾਰ ਇਹ ਚੀਜ਼ ਕਹਿੰਦੇ ਹਾਂ, ਜੇ ਤੁਹਾਨੂੰ ਕੋਈ ਬੰਦਾ ਇਸ ਤਰ੍ਹਾਂ ਦੇਖਦਾ ਹੈਗਾ ਯੂਨੋ ਕੋਈ ਇਸ ਤਰ੍ਹਾਂ ਦੀ ਚੀਜ਼ ਕਰਦਾ ਹੈਗਾ ਤੇ ਉਹ ਡੇਂਜਰ ਉਹ ਤੁਹਾਡੇ ਲਈ ਵੀ ਨੁਕਸਾਨ ਕਰ ਸਕਦਾ ਹੈ, ਹੋ ਸਕਦਾ ਅਗਲੀ ਵਾਰੀ ਮੁੜਦੇ ਗੇੜੇ ਤੁਹਾਡੇ ਸਾਹਮਣੇ ਲੰਘਦਾ ਹੋਵੇ ਤੇ ਉਹ ਦੂਜੀ ਸਾਈਡ ਤੇ ਆ ਜਾਵੇ। ਮਤਲਬ ਕਿ ਇਸ ਚੀਜ਼ ਨੂੰ ਤੁਸੀਂ ਹੀ ਰੋਕ ਸਕਦੇ ਆ, ਇਸ ਚੀਜ਼ ਨੂੰ ਅਸੀਂ ਸਿਰਫ ਇੱਥੇ ਰਿਕੁਐਸਟ ਕਰ ਸਕਦੇ ਹਾਂ ਰੇਡੀਓ ਤੇ, ਅਸੀਂ ਸਿਰਫ ਇੱਕ ਵਾਰੀ ਬੇਨਤੀ ਕਰ ਸਕਦੇ ਹਾਂ ਕਿ ਭਾਈ ਨਾ ਕਰੋ ਇੱਦਾਂ, ਘਰੇ ਬੈਠਾ ਕੋਈ ਕੁਛ ਨਹੀਂ ਕਰ ਸਕਦਾ। ਇਹ ਤਾਂ ਸਿਰਫ ਜਿਹੜੇ ਤੁਸੀਂ ਸੜਕ ਤੇ ਚੱਲਦੇ ਆ ਉਹੋ ਹੀ ਕਰ ਸਕਦੇ ਆ, ਔਰ ਸੜਕ ਤੇ ਚੱਲਦਿਆਂ ਦਾ ਤੁਹਾਡਾ ਇਹ ਫਰਜ਼ ਬਣਦਾ, ਇਹ ਤੁਹਾਡਾ ਮਤਲਬ ਕਿ 100% ਤੁਹਾਡਾ ਫਰਜ਼ ਬਣਦਾ ਕਿ ਜੇ ਕੋਈ ਬੰਦਾ ਇੱਦਾਂ ਦੀ ਗਲਤੀ ਕਰ ਰਿਹਾ ਹੈਗਾ, ਜੇ ਤਾਂ ਤੁਸੀਂ ਉਹਨੂੰ ਕਿਤੇ ਮਿਲਦੇ ਆ ਤੇ ਰੋਕ ਕੇ ਤੁਸੀਂ ਕਹਿ ਸਕਦੇ, ਨਹੀਂ ਤਾਂ ਡੈਫੀਨੇਟਲੀ ਮੰਗੂਗਾ, ਕੋਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈਗੀ ਔਰ ਕੋਈ ਸੁਣਦਾ ਵੀ ਨਹੀਂ ਗਾ ਕਹੇ ਤੇ। ਸੋ ਇਸ ਕਰਕੇ ਕੰਪਲੇਂਟ ਕਿੱਥੇ ਕਰਨੀ ਹੈ, 911 ਕਾਲ ਕਰਨੀ ਹੁੰਦੀ ਹੈ, ਨੌਨ ਐਮਰਜੈਂਸੀ
ਯਾਰ 911 ਕਰਕੇ ਤੁਸੀਂ ਕਰ ਦਿਓ ਕਿ ਅਨਸੇਫ ਡਰਾਈਵਿੰਗ ਹੈਗੀ ਆ, ਹੀ ਯੂ ਨੋ ਹਿਸ ਲੈਗ ਇਜ਼ ਔਨ ਦ ਡੈਸ਼ ਐਂਡ ਹੀ ਇਜ਼ ਡਰਾਈਵਿੰਗ ਸੈਲ ਫੋਨ ਤੇ ਹੀ ਇਜ਼ ਸਵਰਵਿੰਗ ਐਂਡ ਲੇਨਾਂ ਦੇ ਵਿੱਚ ਬਦਲਦਾ ਜਾ ਰਿਹਾ, ਦੈਟਸ ਇਟ, ਆਲ ਯੂ ਨੀਡ ਟੂ ਸੇ ਇਜ਼ ਦੈਟ ਕਿ ਬੰਦਾ ਡੇਂਜਰਸ ਹੈਗਾ, ਕਿਸੇ ਨੂੰ ਮਾਰੂਗਾ, ਯੂ ਨੋ ਜੀ ਜੀ ਸੋ ਬਿਲਕੁਲ। ਬਾਕੀ ਕਿਸੇ ਦੀ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਸੇ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਦੈਟ ਵਿਲ ਪੁੱਟ ਯੂ ਇਨ ਡੇਂਜਰ ਟੂ, ਸੋ ਆਪਣੇ ਆਪ ਨੂੰ ਖਤਰੇ 'ਚ ਨਾ ਪਾਓ, ਜਸਟ ਗੋ ਅਹੈਡ ਐਂਡ ਕਾਲ ਦ ਪੁਲਿਸ। ਜੀ ਜੀ, ਸੋ ਆਈ ਥਿੰਕ ਜਿਹੜੀ ਡੈਸ਼ ਕੈਮ ਦੀ ਗੱਲ ਕੀਤੀ ਸੀ, ਜੇ ਇਹ ਵੀ ਹੁੰਦੀ ਆ ਤੇ ਇਹ ਚੀਜ਼ ਵੀ ਘੱਟ ਸਕਦੀ ਆ, ਇਹ 'ਚ ਤਾਂ 100% ਘੱਟ ਜਾਣੀ ਆ, ਇਹ 'ਚ ਤਾਂ ਫਿਰ ਤੁਹਾਡੀ ਸਾਰੀ ਰਿਕਾਰਡਿੰਗ ਹੋਣੀ ਆ ਤੁਸੀਂ ਮੁੜ ਕੇ ਕੱਲ੍ਹ ਨੂੰ। ਔਰ ਮੈਂ ਤਾਂ ਇਹ ਰਿਕੁਐਸਟ ਕਰਦਾ ਕੰਪਨੀਆਂ ਨੂੰ ਕਿ ਇਹ ਚੀਜ਼ ਕਰਨੀ ਚਾਹੀਦੀ ਆ, ਬਿਕੋਜ਼ ਇਸ ਤੋਂ ਬਿਨਾਂ ਤੁਸੀਂ ਸੇਫ ਨਹੀਂ ਹੈਗੇ, ਔਰ ਨਾ ਹੀ ਤੁਹਾਡਾ ਡਰਾਈਵਰ ਸੇਫ ਆ। ਕੱਲ੍ਹ ਡਰਾਈਵਰ, ਇਹ 'ਚ ਡਰਾਈਵਰ ਦੀ ਵੀ ਸੇਫਟੀ ਆ, ਜੇ ਡਰਾਈਵਰ ਸਹੀ ਚਲਾ ਰਿਹਾ ਹੈਗਾ, ਮੰਨ ਲਓ ਡਰਾਈਵਰ ਸਾਰਾ ਕੁਝ ਸਹੀ ਕਰ ਰਿਹਾ ਹੈਗਾ, ਤੇ ਫਿਰ ਵੀ ਐਕਸੀਡੈਂਟ ਹੋ ਜਾਂਦਾ ਹੈ, ਤੇ ਕਈ ਵਾਰੀ ਡਰਾਈਵਰ ਨਹੀਂ ਪ੍ਰੂਵ ਕਰ ਪਾਉਂਦਾ ਆਪਣੇ ਆਪ ਨੂੰ, ਕਿਉਂਕਿ ਕੋਈ ਰਿਕਾਰਡਿੰਗ ਨਹੀਂ ਹੈਗੀ, ਕੁਛ ਨਹੀਂ ਹੈਗਾ, ਜਸਟ ਹਿਸ ਵਰਡਸ ਅਗੇਂਸਟ ਅਨਦਰ ਪਰਸਨ ਵਰਡਸ, ਹੈ ਨਾ, ਤੇ ਇਸ ਕਰਕੇ ਉਹ ਕਈ ਵਾਰੀ ਇਸ਼ੂ ਖੜਾ ਹੁੰਦਾ ਹੈ। ਸੋ ਮੇਰੇ ਖਿਆਲ ਦੇ ਵਿੱਚ ਤਾਂ ਬਹੁਤ ਜ਼ਰੂਰੀ ਹੈਗਾ ਇਸ ਵੇਲੇ, ਪਰ ਟੈਕਨੋਲੋਜੀ ਦੇ ਨਾਲ ਟੈਕਨੋਲੋਜੀ ਅਵੇਲੇਬਲ ਹੈਗੀ ਆ ਉਹਨੂੰ ਵਰਤਣ ਲਈ, ਤੇ ਕਿਉਂ ਨਹੀਂ ਕਰਨਾ। ਜੀ ਬਿਲਕੁਲ, ਤੇ ਸੋਤੇ ਤੁਸੀਂ ਵੀ ਕਾਲ ਕਰਕੇ ਜੇ ਸਵਾਲ ਪੁੱਛਣਾ ਚਾਹੁੰਦੇ ਆ ਤਾਂ ਨੰਬਰ ਹੈ 408-272-5200 ਦਿੱਤੇ ਤੁਸੀਂ ਜਿਹੜਾ ਉਹ ਕਾਲ ਕਰ ਸਕਦੇ ਹੈਗੇ ਆ। ਜੀ ਜੀ ਬਿਲਕੁਲ, ਹੈਰੀ ਕਿੰਗ ਫੇਸਬੁੱਕ ਤੇ ਲਿਖਦੇ ਆ ਵੀ ਜਿਹੜੇ ਤੁਹਾਡੇ ਡਰਾਈਵਰਸ ਹੈਗੇ ਆ ਜਾਂ ਓਨਰਸ ਵੀ ਹੈਗੇ ਆ, ਉਹ ਆਪਣੇ ਉਹਨਾਂ ਨੂੰ ਕਹੋ ਵੀ ਕੇਅਰਫੁਲੀ ਡਰਾਈਵ ਕਰਨ ਤੇ ਟੈਕਸਟਿੰਗ ਵਗੈਰਾ ਨਾ ਕਰਨ, ਫੋਟੋ ਆਪਣੇ ਡੈਸ਼ਬੋਰਡ ਤੇ ਨਾ ਰੱਖਣ। ਸੋ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਵੀ ਰਮਨ ਜੀ ਹੁਣ ਆ ਰਹੀਆਂ ਵੀ ਆਪਣੇ ਡੈਸ਼ ਕੈਮ ਲਾਓ ਤੇ ਉਹ 20% 15% ਡਿਸਕਾਊਂਟ ਦੇਣ ਲੱਗ ਪਈਆਂ। ਸੋ ਅਲਟੀਮੇਟਲੀ ਮੈਨੂੰ ਲੱਗਦਾ ਇਹ ਹੋਣਾ ਆ ਵੀ ਉਹਨੇ ਪਰਮਾਨੈਂਟ ਹੀ ਕਰ ਦੇਣਾ, ਵੀ ਲਾਣਾ ਜ਼ਰੂਰੀ ਆ, ਕੰਪਲਸਰੀ ਹੋ ਜਾਣਾ, ਕੰਪਲਸਰੀ ਕਰ ਦੇਣਾ ਜੀ। ਜਿਹੜੇ ਜਿਹੜੇ ਹਿਸਾਬ ਦੇ ਲੱਛਣ ਆਪਣੀ ਜਨਤਾ ਕਰਦੀ ਉਸ ਹਿਸਾਬ ਨਾਲ ਸਾਰੀਆਂ ਚੀਜ਼ਾਂ ਕੰਪਲਸਰੀ ਹੋਣੀਆਂ ਆ, ਇਹ 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 ਰਹਿਣੀਆਂ ਨੀਗੀਆਂ, ਇਹ ਹੋਣੀਆਂ ਕੰਪਲਸਰੀ, ਕਰਵਾਉਣੀਆਂ ਅਸੀਂ ਕਹਿ ਕੇ ਕਰਵਾਉਣੀਆਂ, ਸਾਰਾ ਕੰਮ ਇਹ ਕਰਕੇ ਹੋਣਾ ਆ, ਇਹ ਇਹ ਚੀਜ਼ਾਂ ਸਿਰਫ ਆਪਾਂ ਨੂੰ ਲੱਗਦੀਆਂ ਵੀ ਇਹ ਚੀਜ਼ਾਂ ਨਹੀਂ ਹੋਣੀਆਂ, ਪਰ ਇਹ ਹੋਣੀਆਂ। ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਆਪਾਂ ਜ਼ਰੂਰ ਜਿਹੜੀ ਉਹ ਕਹੀਏ ਨਾ, ਕਈ ਵਾਰੀ ਆਪਾਂ ਕਹਿੰਦੇ ਵੀ ਰੈਗੂਲੇਸ਼ਨਸ ਕਿਉਂ ਆ ਜਾਂਦੀਆਂ, ਕਿਉਂ ਇਹ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ, ਉਹ ਵੀ ਮੈਨੂੰ ਲੱਗਦਾ ਪਾਣੀ ਕਈ ਚਿਰ ਸਿਰ ਦੇ ਉੱਤੋਂ ਲੰਘਣ ਦਿੰਦੇ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਲੈ ਕੇ ਆਉਂਦੇ ਆ, ਉਦੋਂ ਤੱਕ ਆਪਾਂ ਨੂੰ ਉਹ ਮਾੜੀਆਂ ਚੀਜ਼ਾਂ ਦੀ ਆਦਤ ਪੈ ਚੁੱਕੀ ਹੁੰਦੀ ਆ, ਫਿਰ ਕਹਿੰਦੇ ਯਾਰ ਇਹ ਸਾਡੇ ਨਾਲ ਧੱਕਾ ਹੋ ਰਿਹਾ ਵੀ ਇਹ ਰੈਗੂਲੇਸ਼ਨ ਜਿਹੜੀ ਉਹ ਨਹੀਂ ਆਉਣੀ ਚਾਹੀਦੀ। ਸੋ ਜੇ ਚੀਜ਼ ਆਪਾਂ ਪਹਿਲਾਂ ਹੀ ਗਲਤ ਕਰ ਰਹੇ ਹਾਂ ਤੇ ਉਸਨੂੰ ਸੁਧਾਰਨ ਲਈ ਉਹਨਾਂ ਨੂੰ ਰੈਗੂਲੇਸ਼ਨ ਲਿਆਉਣੀ ਪੈ ਰਹੀ ਆ, ਤਾਂ ਫਿਰ ਤਾਂ ਭਾਈ ਥੋੜ੍ਹਾ ਔਖਾ ਹੁੰਦਾ ਆ। ਜੋਲੀ ਮਾਂਗਾ ਟੁਣੀ ਕਹਿੰਦੇ ਵੀ ਤੁਸੀਂ ਟਿਕਟੌਕ ਦੀ ਜਨਰੇਸ਼ਨ ਨੂੰ ਠੀਕ ਨਹੀਂ ਕਰ ਸਕਦੇ, ਨਹੀਂ ਦੇਰ ਸਵੇਰ ਕਿਤੇ ਉਹਨਾਂ ਨੂੰ ਵੀ ਸਮਝ ਆ ਹੀ ਜਾਣੀ ਆ ਵੀ ਭਾਈ ਇਹ ਚੀਜ਼ ਹੁੰਦੀ ਆ। ਜਿਉਂ ਜਿਉਂ ਉਹਨਾਂ ਨੇ ਵੱਡੇ ਹੋਣਾ, ਉਹਨਾਂ ਨੇ ਕਹਿਣਾ ਦੇਖ ਆ ਵੀ ਜਿਹੜੇ ਆਏ ਆ ਇੱਦਾਂ ਕਰਦੇ ਆ, ਅਸੀਂ ਤਾਂ ਇੱਦਾਂ ਸੀ, ਅਸੀਂ ਤਾਂ ਉਦੋਂ ਇੱਦਾਂ ਸੀਗੇ। ਭਾਈ ਹਿਸਾਬ ਦੇ ਨਾਲ ਚੱਲੋ, ਠੀਕ ਚੱਲੋ, ਕਰੈਕਟ ਚੱਲੋ, ਬਾਏ ਦਾ ਲਾਅ ਚੱਲੋ, ਤਾਂ ਸਭ ਕੁਛ ਸੈਟ ਹੀ ਸੈੱਟ ਆ ਜੀ। ਤੇ ਆਪਣੇ ਕੁਛ ਹੋਰ ਕਾਲਰ ਜੁੜੇ ਨੇ, ਮਨਜੋਤ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਗੱਲ ਕਰਨੀ ਸੀ ਬਾਈ ਜੀ ਕੈਰੀਅਰ 411 ਬਾਰੇ, ਜਿਹੜੀ ਪਿੱਛੇ ਜੇ ਬਾਈ ਜੀ ਗੱਲ ਕਰ ਰਹੇ ਸੀ, ਕਈ ਕਈ ਬ੍ਰੋਕਰ ਕਰਦਾ ਅਬਿਊਸ, ਆਪਣੀ ਪਾਵਰ ਦਾ ਅਬਿਊਸ ਹੀ ਰਹੇ ਆ। ਸੋ ਆਪਣੇ ਲਈ ਆ ਕੋਈ ਕੰਪਨੀ ਆ ਜਿਹੜੀਆਂ ਬਾਹਰ ਆ, ਸਾਡਾ ਇੱਕ ਟੀਮ ਬਣੀ ਹੋਈ ਆ, ਲੀਗਲ ਟੀਮ ਆ ਇਲੀਨੋਇਸ ਤੋਂ, ਤੇ ਅਸੀਂ ਫਾਈਟ ਕਰਦੇ ਆ ਕੈਰੀਅਰ ਦੇ ਬਿਹਾਫ ਤੇ ਬ੍ਰੋਕਰ ਨਾਲ, ਪੁਰਾਣੀਆਂ ਨਵੀਆਂ ਜਿੰਨੀਆਂ ਫਰੇਟ ਕਰਦਾ ਆ। ਸੋ ਕਿਸੇ ਵੀ ਕੈਰੀਅਰ ਨੂੰ, ਕਿਉਂਕਿ ਟ੍ਰਮੈਂਡਸਲੀ ਬਿਜ਼ਨਸ ਲਾਸ ਹੁੰਦਾ ਆ ਇੱਕ ਫੇਕ ਫਰੇਟ ਕਾਰ ਰਿਪੋਰਟ ਕਰਕੇ, ਜੇ ਉਹਦੇ ਤੇ ਡਬਲ ਬ੍ਰੋਕਰੇਜ ਪੈ ਜਾਵੇ ਤਾਂ ਫਿਰ ਜਮਾਂ ਹੀ ਕੰਮ ਗਲਤ ਹੋ ਜਾਂਦਾ, ਕਿਉਂਕਿ ਬ੍ਰੋਕਰ ਲੋਡ ਨਹੀਂ ਦਿੰਦੇ ਹੈਗੇ। ਇਹ ਟੋਟਲੀ ਫੰਡਡ ਆ ਬ੍ਰੋਕਰ ਵੱਲੋਂ ਕੈਰੀਅਰ 411, ਤੇ ਇਸ ਕਰਕੇ ਇਹਦੇ ਤੇ ਕੈਰੀਅਰ ਦਾ ਕੰਟਰੋਲ ਬਹੁਤ ਘੱਟ ਆ। ਸੋ ਮੇਰਾ ਨੰਬਰ ਆ ਜੀ ਇਹੀ 209-328-7097। ਕੈਰੀਅਰ ਨੂੰ ਕੋਈ ਕੈਰੀਅਰ 411 ਰਿਪੋਰਟ ਰਿਮੂਵ ਕਰਾਉਣੀ ਆ, ਅਸੀਂ ਤੁਸੀਂ ਨਾ ਮਨਜੋਤ ਜੀ ਉਦਾਂ ਬੈਸਟ ਆ, ਚਲੋ ਥੈਂਕ ਯੂ ਤੁਸੀਂ ਦੱਸਤਾ ਇਦਾਂ, ਤੇ ਬੈਸਟ ਇਹ ਆ ਵੀ ਤੁਸੀਂ ਜ਼ਰੂਰ ਐਡ ਵੀ ਲਗਵਾ ਸਕਦੇ ਹੋ, ਤੇ ਬਾਕੀ ਐਡਵਰਟਾਈਜ਼ਮੈਂਟ ਦੇ ਲਈ ਤੁਸੀਂ ਰੇਡੀਓ ਦੇ ਨਾਲ ਵੀ ਕੰਟੈਕਟ ਜਿਹੜਾ ਉਹ ਕਰ ਲਓ, ਤੇ ਨੰਬਰ 408-272-5500 ਦੇ ਉੱਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ 'ਚ ਵੀ ਸੰਪਰਕ ਕਰ ਸਕਦੇ ਆ। ਥੈਂਕ ਯੂ ਦੱਸਣ ਦੇ ਲਈ, ਤੇ ਕੈਰੀਅਰ ਵਾਲੇ ਜਿੱਦਾਂ ਪਹਿਲਾਂ ਵੀ ਰਮਨ ਜੀ ਨੇ ਦੱਸਿਆ ਵੀ ਪ੍ਰੋਬਲਮ ਤਾਂ ਇੱਦਾਂ ਫਿਰ ਆ ਜਾਂਦੀ ਉਹਨਾਂ ਨੂੰ, ਉਹ ਏਕਾ ਕਰ ਲੈਂਦੇ ਆ, ਤੇ ਤੁਸੀਂ ਉਡੀਕ ਕਰਦੇ ਆ ਵੀ ਏਕਾ ਅਸੀਂ ਆਪਾਂ ਕਦੋਂ ਕਰਨਾ ਆ,
ਉਹ ਪਤਾ ਨਹੀਂ ਕੋਈ ਸਾਨੀ ਮੈਥਲ ਵੀ 2025 'ਚ ਕਰਨਾ, ਜਿੱਦਾਂ 2035 'ਚ ਇਹਨਾਂ ਨੇ ਕਿਹਾ ਵੀ ਇਲੈਕਟ੍ਰਿਕ ਗੱਡੀਆਂ ਹੀ ਇਕੱਲੀਆਂ ਆਪਾਂ ਕਰਨੀਆਂ ਜ਼ੀਰੋ ਮਿਸ਼ਨ, ਤੁਸੀਂ ਸੋਚ ਲਓ ਕਿਤੇ ਮਾੜਾ ਮੋਟਾ ਕਰਕੇ ਦੇਖ ਲਓ ਵੀ ਕਰ ਹੀ ਲਓ। ਹੁਣ ਹੁਣ ਤਾਂ ਬਹੁਤ ਚਿਰ ਹੋ ਗਿਆ ਇਹ ਗੱਲਾਂ ਨੂੰ ਸੁਣ ਕੇ ਨੂੰ। ਹਰਦੀਪ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ, ਗੱਲ ਕਰਨੀ ਹੈ ਸਿਰਫ ਆਪਣੇ ਡਰਾਈਵਰ ਵਾਸਤੇ। ਮੈਂ IIT ਤੇ ਬੈਸਟ ਜਾ ਰਿਹਾ ਸੀ, ਸਾਡੇ ਕੈਲੀਫੋਰਨੀਆ ਦਾ ਡਰਾਈਵਰ ਸੀ, ਫੋਨ ਤੇ ਲੱਗੇ ਹੋਏ ਆ, ਟਾਇਰ ਫਟਿਆ ਹੋਇਆ ਵਾ, ਮੱਡ ਫਲੈਪ ਨਿਕਲ ਕੇ ਵੱਜਾ, ਐਡੀ ਤੇਜ਼ ਨਿਕਲਿਆ ਨਾ ਥੱਲੇ, ਉਹਨੂੰ ਮੈਂ ਹੌਰਨ ਮਾਰਿਆ ਵੀ ਰੁਕ ਜਾ, ਤੇਰਾ ਟਾਇਰ ਫਟਿਆ। ਆਪਣਾ ਮੁੰਡਾ ਡੈਸ਼ਬੋਰਡ ਤੇ ਉਹਨੇ ਫੁੱਟ ਰੱਖਿਆ ਹੋਇਆ ਵਾ, ਪਰ ਹੀ ਰੋਕੇ ਐਨੀਥਿੰਗ, ਮੈਨੂੰ ਹੌਰਨ ਮਾਰੀਆ ਭਰਾਵਾ ਰੁਕ ਜਾ, ਤੇਰਾ ਟਾਇਰ ਫਟਿਆ। ਨਹੀਂ ਹਾਰ ਕੇ ਮੈਂ ਗੂਗਲ ਤੋਂ ਨੰਬਰ ਕਰਕੇ ਉਹਦਾ ਕੰਪਨੀ ਦਾ ਨੰਬਰ ਕੱਢ ਕੇ ਓਨਰ ਨੂੰ ਕਾਲ ਮਾਰੀ, ਲੇਡੀਜ਼ ਨੇ ਆਨਸਰ ਕੀਤਾ, ਮੈਂ ਕਿਹਾ ਭੈਣ ਜੀ ਤੁਹਾਡੇ ਇੱਦਾਂ ਕਰਕੇ ਆ ਡਰਾਈਵਰ ਆ ਰਿਹਾ, ਪਲੀਜ਼ ਉਹਨੂੰ ਰੁਕ ਜਾ, ਕਿਸੇ ਨੂੰ ਮਾਰੂਗਾ ਜਾਂ ਆਪ ਕੁਛ ਕਰੇਗਾ। ਪਰ ਉਹ ਨਹੀਂ ਦੇਖ ਰਿਹਾ ਯਾਰ, ਫੋਨ ਚਲਾਉਣਾ ਚਲਾਓ, ਦਸਵਾਂ ਮੈਟਰ ਜਿੰਨਾ ਮਰਜ਼ੀ ਯੂਜ਼ ਕਰੋ, ਪਲੀਜ਼ ਰੋਕ ਕੇ ਕਰ ਲਓ। ਇੱਕ ਤੁਹਾਡਾ ਪੈਰ ਲੱਤ ਤੇ ਹੁੰਦਾ, ਦੂਜਾ ਤੁਹਾਡਾ ਟਿਕਟੋਕ ਤੇ ਹੁੰਦਾ ਹੱਥ, ਜਿੰਨੇ ਦੇਖ ਲਓ ਮੁੰਡੇ ਹੁੰਦੇ ਭਾਈ ਯਾਰ, ਕਿਆ ਆ ਫੋਨ ਹੀ ਆ, ਟਿਕਟ ਰੋਕ ਕੇ ਜਿੰਨਾ ਮਰਜ਼ੀ ਕਰ ਲਓ, ਘਰੇ ਜਾ ਕੇ ਰੋਡ ਤੇ ਨਾ ਕਿਸੇ ਨੂੰ ਮਾਰੋ, ਹੁੰਦੇ ਵੀ ਆਪਣੇ ਬੰਦੇ ਹੌਰਨ ਮਾਰੋ, ਦੂਜੇ ਰੋਕਿਆ, ਏਦਾਂ ਦੇਖਦੇ ਉਲਟਾ ਹੁਣ ਕਿੱਦਾਂ ਮਾਰਤਾ। ਭਾਜੀ ਆਈ ਸੈਡ ਕਿ ਰਾਦਰ ਦੈਨ ਕਾਲਿੰਗ देयर ਕੰਪਨੀ ਕਾਲ ਦ ਪੁਲਿਸ। ਤੁਸੀਂ ਚੰਗੀ ਗੱਲ ਕੀਤੀ ਆ, ਪਰ ਇਹਦੇ ਵਿੱਚ ਜਿਹੜੀ ਆ ਡੇਂਜਰ ਹੈਗਾ ਸੜਕ ਦੇ ਉੱਤੇ, ਫ੍ਰੀਵੇ ਤੇ ਡੇਂਜਰਸ ਹੈਗਾ, ਇਦਾਂ ਦਾ ਵਰਤਣਾ ਚਾਹੀਦਾ। ਫਿਰ ਲੋਕ ਬੁੱਕ ਦੀ ਤੁਹਾਡੇ ਕੈਲੀਫੋਰਨੀਆ ਦੀ ਕੰਪਨੀ ਆ, $20 ਲੈਂਦੇ ਆ, ਰਾਈਟ ਫਿਰ ਲੋਕ ਬੁੱਕ ਟ੍ਰਾਂਸਫਰ ਕਰ ਦਿੰਦੇ ਆ ਈਚ ਡਰਾਈਵਰ ਤੋਂ। ਇਹਦੀ FMCSA ਨੂੰ ਰਿਪੋਰਟ ਕਰੋ, ਉਹਨਾਂ ਨੇ ਕਈ ਕੀਤੀਆਂ ਆ ਲੌਗ ਬੁੱਕ ਵਾਲਿਆਂ ਨੂੰ ਕੈਨਸਲ ਕੀਤਾ ਵੀ ਕਰ, ਪਰ ਇਹੀ ਰਹਿ ਗਿਆ ਕਿ ਛੱਡਦੇ ਨਹੀਂ ਕਰਦਾ ਪੰਜਾਬੀ ਦੀ, ਇੰਤਜ਼ਾਰ ਨਾ ਕਰੋ ਜੀ, ਬਹੁਤ ਹੋ ਗਿਆ, ਬਹੁਤ ਭਾਈਚਾਰੇ ਵਾਲੀ, ਆਪਾਂ ਦੇਖਦੇ ਆ ਵੀ ਚੱਲ ਯਾਰ ਇੱਕ ਦੂਜੇ ਦੀ ਮਦਦ ਹੋ ਜਾਵੇ। ਹਾਂਜੀ ਇੱਕ ਬੰਦਾ ਤੇ ਮੈਂ ਮਲਵਾਕੀ ਵਿਸਕਾਂਸਨ ਤੋਂ ਬੋਲਦਾ ਪਿਆ ਮਾਣਾ, ਸਾਡੇ ਇੱਥੇ ਇੱਕ ਬੰਦਾ 5,000 ਮਾਈਲ ਕੱਢਦਾ ਤਾਂ ਠੀਕ ਸੀ, 5 ਦਿਨਾਂ ਦੇ ਵਿੱਚ ਹੀ ਕਹਿੰਦਾ ਕੱਢ ਸਕਦਾ ਯਾਰ, ਸਿੰਗਲ ਬੰਦਾ ਨੂੰ ਹੋਵੇ, ਅਸੀਂ 9 ਸਾਲ ਹੋ ਗਏ ਚਲਾਉਂਦੇ ਨੂੰ, ਸਾਡੇ ਤੱਕ ਤਾਂ ਨਿਕਲੇ ਨਹੀਂ। ਫਿਰ ਤਾਂ ਜੀ ਨਿਊਯਾਰਕ ਦੇ ਤਿੰਨ ਤਿੰਨ ਫਿਰ ਚੱਲਦੀਆਂ ਫਿਰਦੀਆਂ ਮਿਜ਼ਾਈਲਾਂ ਹੀ ਆ ਜੀ, ਫਿਰ ਹੁਣ ਹੋਰ ਕੀ ਕਹਿ ਰਹੇ ਹੋ। ਉਹ ਭਾਜੀ ਕੰਪਨੀਆਂ ਲੋਕੀ ਚਾਰ ਕੰਪਨੀਆਂ ਬਦਲ ਚੁੱਕਿਆ, ਬੈਂਕਰਪਸੀਆਂ ਕਰ ਬੰਦ ਹੋ ਜਾਂਦਾ, ਕੋਸਟ ਸਟੋਰ ਤਿਆਰ ਹੋ ਬੰਦਾ ਹੋ ਗਿਆ। ਕਈ ਦੇਖੋ ਕਈ ਜਿਹੜੇ ਇਦਾਂ ਕਰ ਰਹੇ ਆ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਵੀ ਭਾਈ ਇਹ ਜਿਹੜੀਆਂ ਨਾ ਬਹੁਤਾ ਚਿਰ ਨਹੀਂ ਚੱਲਦਾ ਹੁੰਦਾ ਕੰਮ, ਫਸੂਗੇ ਮਾਰੂਗੇ ਕਿਸੇ ਨੂੰ ਕੁਛ ਕਰੂਗੇ ਕੀ ਉਹਦਾ ਵਿੱਚ ਫਾਇਦਾ, ਕੁਛ ਨਹੀਂ। ਦੁਨੀਆ ਥੋੜਾ ਜਿੱਤੀ ਜਾਂਦੀ ਹੈ ਤੇ ਸਮਝਣ ਦੀ ਗੋਲ ਹੈ, ਬਿਲਕੁਲ ਬਿਲਕੁਲ ਇਹ ਮੁੱਕ ਦੀ ਗੱਲ ਹੈ, ਬੱਚੇ ਆ ਉਹਨਾਂ ਨੂੰ ਵੀ ਸਮਝਾਉਣਾ ਚਾਹੀਦਾ ਵੀ ਭਾਈ ਕੱਲਾ ਚੈੱਕਾਂ ਦਾ ਨਾ ਦੇਖੋ, ਉਹਨਾਂ ਨੂੰ ਸਮਝਾਓ ਵੀ ਆਪ ਵੀ ਮਰੂਗੇ ਹੋਰਨਾਂ ਨੂੰ ਵੀ ਜਿਹੜਾ ਮਾਰੂਗੇ, ਸੋ ਉਹਨਾਂ ਦੀ ਫੈਮਿਲੀ ਜਿਹੜੀ ਆ ਉਹਨਾਂ ਨੂੰ ਪੂਰਾ ਇਨਵੋਲਵ ਹੋਣਾ ਚਾਹੀਦਾ, ਨਾ ਕਿ ਜੀ ਹਾਂ ਵੀ ਅਸੀਂ ਤਾਂ ਜੀ ਹੁਣ ਆਹ ਕਰਤਾ, 5 ਟਰੱਕ ਲੈ ਲਿਆ, 10 ਲੈ ਲਏ, 5,000 ਸਕੁਅਰ ਫੁੱਟ ਦਾ ਘਰ ਲੈ ਲਿਆ, ਮੁੜ ਕੇ ਫਿਰ ਜਦੋਂ ਇੰਸੀਡੈਂਟ ਹੋ ਜਾਂਦੀ ਆ ਤਾਂ ਫਿਰ ਆਪਾਂ ਗੋ ਫੰਡ ਮੀ ਤੇ ਚੱਲ ਜਾਂਦੇ ਹਾਂ। ਸੋ ਪਲੀਜ਼ ਇਹ ਜਿਹੜੇ ਆ ਨਾ ਸਾਰੇ, ਇਹ ਬਹੁਤ ਰਿਸਕੀ ਜੋਬ ਆ, ਸਭ ਤੋਂ ਹਾਈਐਸਟ ਰਿਸਕੀ ਜੋਬ ਟਰੱਕ ਡਰਾਈਵਰ ਦੀ, ਟੈਕਸੀ ਡਰਾਈਵਰ ਦੀ ਹੈਗੀ ਆ, ਤੇ ਈਵਨ ਅੱਜ ਕੱਲ੍ਹ ਤਾਂ ਜੋ ਲਿਕਰ ਸਟੋਰ ਗੈਸ ਸਟੇਸ਼ਨਾਂ ਦੇ ਉੱਤੇ ਕੈਸ਼ੀਅਰ ਆ ਉਹਨਾਂ ਦੀ ਵੀ ਰਿਸਕੀ ਜੋਬ ਆ, ਆਪਾਂ ਦੇਖੇ ਰਹੇ ਹਾਂ ਸਮੈਸ਼ ਗ੍ਰੈਬ ਹੋਰ ਕੀ ਕੁਛ ਹੁੰਦਾ ਆ ਜੀ। ਆਪਣੇ ਅਗਲੇ ਜਿਹੜੇ ਕਾਲਰ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਈ। ਤੁਸੀਂ ਗੱਲ ਕੀਤੀ ਆ ਵੀ ਜੇ ਕੋਈ ਜਾਣਾ ਗਲਤ ਚਲਾਉਂਦਾ ਵੀ ਰਿਪੋਰਟ ਕਰਨਾ ਚਾਹੀਦਾ ਨਾ, ਮੈਂ ਵੀ ਨਾ 2 ਸਾਲ ਪਹਿਲਾਂ ਰਿਪੋਰਟ ਕੀਤਾ ਸੀਗਾ ਨਾ, ਪਰ CHP ਆਈ ਨੀ ਉੱਥੇ ਨਾ, ਉਸ ਹੋਇਆ ਨਾ IFI ਤੇ ਯੋਲੋ ਕਾਉਂਟੀ ਚ ਜਿਹੜਾ ਵੁੱਡਲੈਂਡ ਵਿਲੀਅਮਸ ਏਰੀਆ ਤੇ, ਉਹ ਡਰਾਈਵਰ ਨਿਕਲਿਆ ਰੈਸਟ ਏਰੀਆ ਤੋਂ ਨਾ ਸਕੋਰ ਕਰੀ ਆ ਕਦੇ ਖੱਬੀ ਲੈਣ ਕਦੇ ਸੱਜੀ ਲੈਣ ਚ, ਜਾਂ ਉਹਨੂੰ ਨੀਂਦ ਆਉਂਦੀ ਹੋਊਗੀ ਜਾਂ ਉਹਨੇ ਖਾਧੀ ਪੀਤੀ ਹੋਊਗੀ। ਮੈਂ CHP ਉਹ ਏਰੀਆ ਨੂੰ ਫੋਨ ਕੀਤਾ ਜਦੋਂ ਕਾਉਂਟੀ ਦਾ ਏਰੀਆ, ਠੀਕ ਹੈ, ਮੈਂ ਕਿਹਾ ਵੀ ਡਰਾਈਵਰ ਹਾਈਵੇ ਤੇ ਜਾਂਦਾ ਸਾਊਥ I-5 ਵੀ ਬਹੁਤ ਗਲਤ ਚਲਾਉਂਦਾ, ਉਹਨੇ ਨੁਕਸਾਨ ਘੱਟ ਦੇਣਾ ਕਿਸੇ ਦਾ ਨਾ। ਮੈਂ ਉਹਨੂੰ ਫਾਲੋ ਵੀ ਕੀਤਾ ਘੰਟਾ ਕੁ, ਸਾਰਾ ਕੁਛ ਦੱਸਿਆ, ਟ੍ਰੇਲਰ ਦਾ ਲਾਇਸੈਂਸ ਪਲੇਟ ਵੀ ਕਿਹੜੀ ਕੰਪਨੀ ਆ, ਕਿਹੜੀ ਸਟੇਟ ਤੋਂ ਆ,
ਨਾ ਪਰ ਸੀ ਐਚ ਪੀ ਆਈ ਨਹੀਂ ਉੱਥੇ ਮੈਂ ਘੰਟਾ ਫਾਲੋ ਕਰੀ ਗਿਆ ਮੈਂ ਮੇਰੀ ਫੋਨ ਵੀ ਮੇਰੀ ਦੋ ਦਿਨ ਵਾਲੀ ਕੀਤਾ ਹੋਊਗਾ ਬਈ ਇਹਨੇ ਨੁਕਸਾਨ ਕਰ ਦੇਣਾ ਬਈ ਦੋਨਾਂ ਲੈਣਾ ਜਾਂਦਾ ਕਦੇ ਕਦੇ ਖੱਬੇ ਸੱਜੇ ਦੇ ਨਾ ਨਾ ਆਪਾਂ ਜੋ ਰਿਪੋਰਟ ਵੀ ਕਰਦੇ ਹਾਂ ਉਹ ਟਾਈਮ 'ਤੇ ਨਹੀਂ ਆਉਂਦੇ ਜਿੱਦਾਂ ਜਾਂ ਬਿਜ਼ੀ ਹੁੰਦੇ ਹੋਗੇ ਜਾਂ ਹੋਰ ਕੋਈ ਗੱਲ ਇਹ ਵੀ ਗੱਲ ਆ ਵੀ ਜਦੋਂ ਆਪਾਂ ਰਿਪੋਰਟ ਕਰਦੇ ਉਹਨਾਂ ਆਉਣਾ ਚਾਹੀਦਾ ਕਰਕੇ ਕੀ ਪਤਾ ਮੋਹਰੇ ਨੁਕਸਾਨ ਕੀ ਕਰ ਸਕਦਾ ਇਹ ਵੀ ਇੱਕ ਐਂਗਲ ਹੈਗਾ ਰਮਨ ਜੀ ਡੈਫੀਨੇਟਲੀ ਸੀ ਐਚ ਪੀ ਨੂੰ ਵੀ ਜਾਂ ਲਾ ਇਨਫੋਰਸਮੈਂਟ ਨੂੰ ਵੀ ਇਹਦੇ ਵਿੱਚ ਵੀ ਸੁਧਾਰ ਕਰਨ ਦੀ ਜ਼ਰੂਰਤ ਆ ਵੀ ਭਾਈ ਜੇ ਤੁਹਾਨੂੰ ਕੋਈ ਕਰ ਰਿਹਾ ਤੇ ਤੁਸੀਂ ਜ਼ਰੂਰ ਉਸ ਨੂੰ ਗੌਰ ਨਾਲ ਸੁਣੋ ਹਾਂਜੀ ਮੈਂ ਉਸ ਘੰਟਾ ਫਾਲੋ ਅਪ ਕਰੀ ਗਿਆ ਪਹਿਲਾਂ ਮੈਂ ਸੋਚਿਆ ਵੀ ਮੈਂ ਕਿਹਾ ਆਪਣਾ ਆਪਣਾ ਬੰਦਾ ਚੱਲਣਾ ਮੈਂ ਕਾਹਦੇ ਟਰਬਲ ਪਾਉਣੀ ਆ ਫਿਰ ਮੈਂ ਸੋਚਿਆ ਮੈਂ ਕਿਹਾ ਇਹਨੇ ਆਪਦੇ ਪਰਿਵਾਰ ਦਾ ਵੀ ਨੁਕਸਾਨ ਕਰਨਾ ਆਪਦਾ ਵੀ ਕਰਨਾ ਤੇ ਹੋਰ ਕਿਸੇ ਦਾ ਜਿਹਦੇ ਵਿੱਚ ਮਾਰੂਗਾ ਉਹਦਾ ਵੀ ਨੁਕਸਾਨ ਕਰੂਗਾ ਹੈ ਨਾ ਨਾਲੇ ਮੈਂ ਹੋਰ ਵੀ ਉਹਨੂੰ ਕਹਿੰਦਾ ਬਿਜਾਈ ਮੈਂ ਅਟੈਂਸ਼ਨ ਲੈਣ ਉਹਨੇ ਫੇਰ ਵੀ ਨਹੀਂ ਰੋਕਿਆ ਟਰੱਕ ਸੋ ਕਿੰਨਾ ਕੁ ਮੈਂ ਟਰੱਕ ਟਰਾਈ ਕੀਤੀ ਘੰਟਾ ਫਾਲੋ ਕੀਤਾ ਫਿਰ ਦੁਬਾਰਾ ਫੋਨ ਕੀਤਾ ਸੀ ਐਚ ਪੀ ਨੂੰ ਵੀ ਆਹ ਬੰਦੇ ਨੂੰ ਰੋਕੋ ਆਹ ਐਗਜ਼ਿਟ ਤੇ ਹੁੰਦਾ ਵੀ ਆਹ ਬਣਿਆ ਪਰ ਫਿਰ ਵੀ ਸੀ ਐਚ ਪੀ ਆਈ ਨਹੀਂ ਜਾਂਦਾ ਘੰਟਾ ਡੇਢ ਘੰਟਾ ਦਾ ਥੈਂਕ ਯੂ ਅਮਰਜੀਤ ਜੀ ਸ਼ੇਅਰ ਕਰਨ ਦੇ ਲਈ ਗੱਲਬਾਤ ਹਾਂਜੀ ਥੈਂਕ ਯੂ ਚਲੋ ਵੀ ਡਿਪੈਂਡ ਕਰ ਕਿਆ ਤੇ ਸੀ ਐਚ ਪੀ ਕਿਤੇ ਬਿਜੀ ਹੈਗੀ ਆ ਜਾਂ ਕਈ ਵਾਰੀ ਪੁਲਿਸ ਵਾਲੇ ਬਿਜੀ ਹੁੰਦੇ ਆ ਨਹੀਂ ਆ ਸਕਦੇ ਨਹੀਂ ਆਉਂਦੇ ਤੇ ਠੀਕ ਆ ਚਲੋ ਮੰਨਦੇ ਆ ਹੋ ਸਕਦਾ ਇਹ ਗੱਲ ਹੋ ਜਾਂਦੀ ਆ ਤੇ ਆਪਾਂ ਇੱਥੇ ਥੋੜਾ ਜਿਹਾ ਚੇਂਜ ਕੋਰਸ ਕਰੀਏ ਆਪਣਾ ਰਾਜਨ ਕਿ ਜਿਹੜਾ ਆਪਣਾ ਪ੍ਰੋਬਲਮ ਚੱਲ ਰਹੀ ਸੀ ਬ੍ਰੋਕਰ ਟ੍ਰਾਂਸਪੇਰੈਂਸੀ ਦੀ ਪ੍ਰੋਬਲਮ ਚੱਲ ਰਹੀ ਹੈ ਨਾ ਬ੍ਰੋਕਰ ਟ੍ਰਾਂਸਪੇਰੈਂਸੀ ਦਾ ਰੂਲ ਬਣਨ ਦੀ ਗੱਲ ਆ ਰਹੀ ਸੀਗੀ ਤੇ ਟ੍ਰਾਂਸਪੇਰੈਂਸੀ ਦਾ ਜਿਹੜਾ ਰੂਲ ਆ ਆਲਮੋਸਟ ਜਿਹੜਾ ਆ ਉਹ ਕਹਿ ਲਓ ਵੀ ਉਹਨੂੰ ਪੁਸ਼ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਇਸ ਵੇਲੇ ਤੇ ਹੁਣ ਜਿਹੜੀ ਆ ਬ੍ਰੋਕਰ ਟ੍ਰਾਂਸਪੇਰੈਂਸੀ ਉੱਤੇ ਜਿਹੜਾ ਫੈਡਰਲ ਮੋਟਰ ਕੈਰੀਅਰ ਵੱਲੋਂ ਨੋਟਿਸ ਆਫ ਪ੍ਰਪੋਜ਼ ਰੂਲ ਮੇਕਿੰਗ ਆ ਉਹਦੇ ਉੱਤੇ ਗੱਲ ਕੀਤੀ ਗਈ ਆ ਕਿ ਅਕਤੂਬਰ 31, 2024 ਦੇ ਵਿੱਚ ਬ੍ਰੋਕਰ ਟ੍ਰਾਂਸਪੇਰੈਂਸੀ ਦਾ ਰੂਲ ਸੀਗਾ ਇਹ ਬੇਸਿਕਲੀ ਅਗਲੇ ਸਾਲ ਅਕਤੂਬਰ 31 ਤੇ ਜਾ ਗੱਲ ਜਾ ਪਈ ਆ ਸੋ ਆਲਮੋਸਟ 13 ਮਹੀਨੇ ਦੇ ਬਾਅਦ ਇਹਦੀ ਗੱਲਬਾਤ ਸ਼ੁਰੂ ਕਰਨੀ ਹੈ ਸੋ ਇਹ ਲਿਟਰਲੀ ਜਿਹੜਾ ਬ੍ਰੋਕਰ ਟ੍ਰਾਂਸਪੇਰੈਂਸੀ ਦਾ ਰੂਲ ਸੀਗਾ ਉਹਨੂੰ ਪੁਸ਼ ਅਰਾਊਂਡ ਕੀਤਾ ਜਾ ਰਿਹਾ ਸੋ ਕੋਈ ਇਹਦੇ ਤੇ ਜਿਹੜਾ ਵੱਡਾ ਐਕਸ਼ਨ ਹੋਣ ਦੀ ਕੋਈ ਗੱਲ ਨਹੀਂ ਹੋ ਰਹੀ ਹੈਗੀ ਸੋ ਔਰ ਨਾ ਹੀ ਮੈਨੂੰ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਜਿਹੜਾ ਇੱਕ 2020 ਦੇ ਵਿੱਚ ਸ਼ੁਰੂ ਹੋਇਆ ਸੀਗਾ ਤੇ 2024 ਤੱਕ ਚਲੇਗੀ ਗੱਲ ਸੋ ਮੇਰੇ ਖਿਆਲ ਦੇ ਵਿੱਚ ਹੈ ਕਿ ਜਿਹੜੀਆਂ ਇੱਦਾਂ ਦੇ ਰੂਲਸ ਐਂਡ ਰੈਗੂਲੇਸ਼ਨ ਹੈਗੇ ਜਿਹਨਾਂ ਨੂੰ ਪੁਸ਼ ਅਰਾਊਂਡ ਕੀਤਾ ਜਾਂਦਾ ਸੋ ਕਾਫੀ ਲੋਬੀ ਜਿਹੜੀ ਆ ਦੂਜੇ ਬੰਨੇ ਸਟਰੋਂਗ ਹੈਗੀ ਆ ਜਿਹੜੀ ਕਿ ਇਸ ਚੀਜ਼ ਨੂੰ ਹੋਣ ਤੋਂ ਜਿਹੜੀ ਆ ਰੋਕ ਰਹੀ ਆ ਜੀ 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 ਸੋ ਆਬਵੀਅਸਲੀ ਸਭ ਨੂੰ ਪਤਾ ਵੀ ਲੋਬੀ ਕਿਹੜੀ ਆ ਜਿਹੜੀ ਬ੍ਰੋਕਰ ਟ੍ਰਾਂਸਫਰੈਂਸੀ ਨੂੰ ਜਿਹੜੀ ਰੋਕਦੀ ਆ ਕਿਉਂ ਜਿਹੜਾ ਉਹ ਰੋਕਦੇ ਆ ਸਰਬਜੀਤ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸਰਬਜੀਤ ਸਿੰਘ ਹੈ ਜੀ ਸਰਬਜੀਤ ਜੀ ਹਾਂਜੀ ਸਰ ਮੈਂ ਇਹ ਕਹਿਣਾ ਸੀਗਾ ਕਿ ਜਿੱਦਾਂ ਹਨਾ ਆਪਾਂ ਫੋਨ ਵਰਤਦੇ ਆਪਣੇ ਮੈਂ ਵੀ ਵਰਤ ਰਿਹਾ ਜਦੋਂ ਮੈਂ ਲਾਇਸੈਂਸ ਲਿਆ ਮੈਂ ਵੀ ਵੀਡੀਓ ਬਣਾਉਂਦਾ ਰਿਹਾ ਕੋਈ ਮੰਨ ਲਓ ਵੀ ਓਹਲੇ ਵਾਲੀ ਗੱਲ ਨਹੀਂ ਹਨਾ ਸੋ ਮੈਂ ਵੀ ਬਣਾਈਆਂ ਵੀਡੀਓ ਟਿਕਟੋਕ ਵੀ ਯੂਜ ਕਰਦਾ ਰਿਹਾ ਪਰ ਸਭ ਤੋਂ ਵੱਡਾ ਰੋਲ ਹੈਗਾ ਆਪਣੇ ਮਾਂ ਪਿਓ ਭੈਣ ਭਰਾ ਦਾ ਇਹਦੇ ਵਿੱਚ ਹੁਣ ਮੈਂ ਕਿਸੇ ਨੂੰ ਕਹੂੰਗਾ ਮੇਰੇ ਅੱਖੀ ਕਿਸੇ ਨੇ ਨਹੀਂ ਲੱਗਣਾ ਸੋ ਜਦੋਂ ਮੈਂ ਵੀਡੀਓ ਬਣਾਉਣੀ ਆ ਸਟੇਟਸ ਪਾਉਣਾ ਮੇਰੀ ਮਾਂ ਨੇ ਮੈਨੂੰ ਸਪੈਸ਼ਲ ਕਹਿਣਾ ਵੀ ਨਹੀਂ ਇਹ ਕੰਮ ਨਹੀਂ ਕਰਦਾ ਤੂੰ ਵੀਡੀਓ ਨਹੀਂ ਬਣਾਉਣੀ ਟਰੱਕ ਚੱਲਦੇ ਵਿੱਚ ਮੇਰੇ ਭਰਾ ਨੇ ਮੈਨੂੰ ਡੱਕਿਆ ਉਸ ਤੋਂ ਬਾਅਦ ਇਹੋ ਜਿਹੀ ਉਹਨਾਂ ਦੀ ਮੈਨੂੰ ਮੱਤ ਆਈ ਕਿ ਮੈਂ ਅੱਜ ਤਾਂ ਉਸ ਤੋਂ ਬਾਅਦ ਵੀਡੀਓ ਨਹੀਂ ਕਦੇ ਬਣਾਈ ਟਰੱਕ ਵਿੱਚ ਮਤਲਬ ਹੁਣ 3 ਸਾਲ ਹੋ ਗਿਆ ਟਰੱਕ ਚਲਾਉਂਦੇ ਨੂੰ ਤੇ ਉਹਨਾਂ ਨੇ ਮੈਨੂੰ ਦੱਸਿਆ ਉਹ ਮੈਨੂੰ ਕਹਿੰਦੇ ਜੋ ਮੈਂ ਵੀਡੀਓ ਕਾਲ ਵੀ ਕਰਦਾ ਆਪਣੀ ਮਾਂ ਨੂੰ ਮੈਨੂੰ ਕਹਿੰਦੇ ਆ ਕਿ ਤੂੰ ਟਰੱਕ ਰੋਕ ਲਾ ਜਾਂ ਸਵੇਰੇ ਕਰ ਲਈ ਜਾਂ ਰਾਤ ਨੂੰ ਰੁਕਣ ਲੱਗਾ ਕਰਦੀ ਤੂੰ ਚੱਲਦੇ ਟਰੱਕ ਦੀ ਵੀਡੀਓ ਕਾਲ ਵੀ ਨਹੀਂ ਕਰਦੀ ਤੂੰ ਕੱਟ ਦਿੰਦੇ ਫੋਨ ਮੈਂ 1-2 ਵਾਰ ਲਾਇਆ ਕੱਟ ਦਿੰਦੇ ਆ ਸੋ ਉੱਥੋਂ ਮੈਨੂੰ ਅਕਲ ਆ ਗਈ ਇਹਦੇ ਵਿੱਚ ਜੇ ਕੋਈ ਵਿਆਹ ਹੋਇਆ ਉਹਦੀ ਵਾਈਫ ਨੂੰ ਕਵੇ ਉਹਦੇ ਬੱਚੇ ਉਹਨੂੰ ਕਹਿ ਦੇਣ ਜੇ ਕੋਈ ਨਹੀਂ ਵਿਆਹ ਉਹਦੇ ਮਾਂ ਪਿਓ ਉਹਦੇ ਭਰਾ ਨੂੰ ਕਵੇ ਉਹ ਸਭ ਤੋਂ ਜ਼ਿਆਦਾ ਜਿਹੜੀ ਆਪਾਂ ਮੰਨਦੇ ਹਾਂ ਆਪਣੇ ਮਾਂ ਪਿਓ ਭੈਣ ਭਰਾ ਦੀ ਮੰਨਦੇ ਹਾਂ ਉਹ ਹਟਾ ਸਕਦੇ ਜੇ ਆਪਾਂ ਕਹੀ ਜਾਵਾਂਗੇ ਕੋਈ ਘੱਟ ਆਖੇ ਲੱਗਦਾ ਕਹਿੰਦਾ ਵੀ ਨਹੀਂ ਮੈਂ ਸਹੀ ਹਾਂ ਹੁਣ ਮੇਰਾ ਸਟੇਟਸ ਦੇਖਦੇ ਸੀ 45 ਤੋਂ 50 ਜਾਣੇ ਕਹਿਣ ਵਾਲੇ ਮੈਨੂੰ 2 ਸੀਗੇ ਮੇਰੀ ਮਾਂ ਤੇ ਮੇਰਾ ਭਰਾ ਸੋ ਮੈਂ ਆਖੇ ਲੱਗ ਗਿਆ ਉਹਨਾਂ ਦੇ ਭਰਾ ਨੇ ਟਰੱਕ ਵੱਧ ਚਲਾਉਣ ਤੋਂ ਡੱਕਿਆ ਉਹ ਕਹਿੰਦਾ ਕਿ ਨਹੀਂ ਤੂੰ ਟਰੱਕ ਜ਼ਿਆਦਾ ਚਲਾਉਣਾ ਤੁਹਾਨੂੰ ਪਤਾ ਹੀ ਆ ਬੰਦਾ ਪਹਿਲਾਂ ਕਈ ਕੁਛ ਕਰਦਾ ਯੂਜ਼ ਕਰਦੇ ਨੇ ਕਈ ਕੁਛ ਕਰਦੇ ਨੇ ਉਹਨੇ ਇੰਨਾ ਕਹਿਣਾ ਮੈਨੂੰ ਕਹਿਣਾ ਵੀ ਸਾਰੇ ਲੋਕ ਚਲਾਉਂਦੇ ਆ ਸਾਡੇ ਕਾਫੀ ਬੰਦੇ ਆ ਇੱਥੇ ਪੁਰਾਣੇ ਰਿਸ਼ਤੇਦਾਰ ਵੀ ਉਹ ਵੀ ਚਲਾਉਂਦੇ ਆ ਕਹਿੰਦੇ ਇੰਨਾ ਟਾਈਮ ਹੋ ਗਿਆ ਉਹ ਵੀ ਚਲਾਉਂਦੇ ਆ ਤੂੰ ਕੀ ਕਰ ਰਿਹਾ ਤੂੰ ਸੌਂਦਾ ਨੀ
ਤੂੰ ਇਦਾਂ ਕਰਦਾ ਇਦਾਂ ਕਰਦਾ ਸੋ ਹੁਣ ਮੈਨੂੰ 2 ਸਾਲ ਹੋ ਗਏ ਤਕਰੀਬਨ ਬੜਾ ਆਪਣੇ ਆਰਾਮ ਨਾਲ ਚੱਲੀਦਾ ਜੀ ਤੇ ਦੂਜੀ ਮੇਰੇ ਭਰਾਵਾਂ ਨੂੰ ਬੇਨਤੀ ਆ ਚਾਹੇ ਉਹ ਆਪਣੇ ਪੰਜਾਬ ਦੇ ਆ ਚਾਹੇ ਹਰਿਆਣੇ ਦੇ ਆ ਕੋਈ ਵੀ ਆ ਜਾਂ ਨਵੇਂ ਆ ਪੁਰਾਣੇ ਆ ਜਾਂ ਐਕਸਪੀਰੀਅੰਸ ਵਾਲੇ ਵੀ ਲੋਕੀ ਦੇਖੀਦੇ ਆ ਓਨਰ ਆਪਰੇਟਰ ਵੀ ਦੇਖੀਦੇ ਆ ਕਿ ਉਹ ਇੱਕ ਤਾਂ ਬਈ ਸਪੇਸ ਨੀ ਰੱਖਦੇ ਬੰਦੇ ਆਪਣੇ ਕਹਿੰਦਾ ਮੈਂ 40 ਤੇ ਹੀ ਚੱਲਦਾ ਆ ਸਪੇਸ ਹੁੰਦੀ ਆ ਇੱਕ ਦੂਜੇ ਤੋਂ ਉੱਪਰ ਚਾੜੀ ਆਉਂਦੇ ਆ ਕਾਫੀ ਲੋਕ ਆ ਮੰਨ ਲਓ ਵੀ ਜਿਹੜੇ ਬਿਲਕੁਲ ਹੀ ਸਪੇਸ ਨੀ ਰੱਖਦੇ ਜਾਂ ਪਿੱਛੇ ਆਪਣਾ ਜਦੋਂ ਪਾਸ ਕਰਦੇ ਆ ਉਹ ਵਿੱਚ ਪਿਛਲੇ ਨੂੰ ਕੋਈ ਸਪੇਸ ਨੀ ਦਿੰਦੇ ਇੱਕਦਮ ਹੀ ਮਾੜਾ ਜਿਹਾ ਸਿਗਨਲ ਦਿੰਦੇ ਆ ਨਾਲ ਹੀ ਬੰਦੇ ਦੇ ਮੂਹਰੇ ਕਰ ਦਿੰਦੇ ਆ ਟਰੱਕ ਉਹ ਜੇ ਕੋਈ ਸੁਣਦਾ ਵੀਰ ਤੋਂ ਜ਼ਰੂਰ ਖਿਆਲ ਰੱਖੋ ਤੁਸੀਂ ਵੀ ਜੇ ਕਿਤੇ ਹੋ ਸਕਿਆ ਤਾਂ ਰਿਕੁਐਸਟ ਕਰਿਓ ਵੀ ਜੇ ਥੋੜਾ ਜਿਹਾ ਬੰਦੇ ਆਪਣੇ ਇਹਨਾਂ ਦੋਵਾਂ ਚੀਜ਼ਾਂ ਦੇ ਧਿਆਨ ਦੇਣ ਹਨਾ ਜੀ ਥੈਂਕ ਯੂ ਸਰਬਜੀਤ ਓਕੇ ਸਰ ਥੈਂਕ ਸੋ ਮਚ ਬਿਲਕੁਲ ਜੀ ਬਿਲਕੁਲ ਆਪਾਂ ਇਹ ਗੱਲ ਤਾਂ ਰਾਜਗਣ ਬਹੁਤ ਵਾਰੀ ਕਹਿੰਦੇ ਆ ਵੀ ਜਿਹੜੇ ਘਰੇ ਮਾਂ ਪਿਓ ਭੈਣ ਭਾਈ ਬੈਠੇ ਆ ਉਹ ਜੇ ਉਹਨਾਂ ਨੂੰ ਰੋਕਦੇ ਆ ਕਹਿੰਦੇ ਆ ਤਾਂ ਉਹ ਬੜਾ ਕਾਰਗਰ ਸਾਬਤ ਹੁੰਦਾ ਤੇ ਅੱਜ ਉਹਨਾਂ ਨੇ ਸਾਬਤ ਵੀ ਕਰਤੀ ਗੱਲ ਸਹੀ ਆ ਨਹੀਂ ਦੇਖੋ ਮਾਵਾਂ ਭੈਣਾਂ ਘਰ ਵਾਲੀ ਜੇ ਉਹ ਫਿਕਰਮੰਦ ਆ ਉਹ ਥੋੜੀ ਚਾਹੁਣਗੇ ਵੀ ਭਾਈ ਤੁਹਾਡੀ ਜਾਨ ਜਿਹੜੀ ਉਹ ਖਤਰੇ ਚ ਪਵੇ ਕੋਈ ਵੀ ਨਹੀਂ ਜਿਹੜਾ ਉਹ ਚਾਹੁੰਦਾ ਤੇ ਉਹ ਗੱਲ ਸਭ ਤੋਂ ਜ਼ਿਆਦਾ ਆ ਹੁੰਦੀ ਆ ਹੁਣੇ ਆਪ ਹੀ ਉਹਨਾਂ ਨੇ ਦੱਸਿਆ ਦੇਖੋ ਵੀ ਕਰਦੇ ਵੀ ਰਹੇ ਆ ਤੇ ਪਰ ਮੱਤ ਵੀ ਆ ਗਈ ਆ ਚੰਗੀ ਗੱਲ ਆ ਸਵੇਰ ਦਾ ਭੁੱਲਿਆ ਸ਼ਾਮ ਨੂੰ ਮੁੜ ਆਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਸੋ ਆਪਾਂ ਨੂੰ ਜ਼ਰੂਰ ਇਹ ਚੀਜ਼ ਜਿਹੜੀ ਉਹ ਧਿਆਨ ਰੱਖਣੀ ਚਾਹੀਦੀ ਆ ਥੈਂਕ ਯੂ ਇਹਨਾਂ ਦਾ ਅਗਲੇ ਕਾਲਰ ਨੇ ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਭਾਜੀ ਮੇਰਾ ਕੁਐਸਚਨ ਇਹ ਹੈਗਾ ਕਿ ਜਿੱਦਾਂ ਹੁਣ ਹੈ ਅੱਜ ਦੀ ਸਿਚੁਏਸ਼ਨ ਹੈਗੀ ਕਿ ਟਰੱਕ ਜ਼ਿਆਦਾ ਹੈਗੇ ਆ ਲੋਡ ਘੱਟ ਹੈਗੇ ਆ ਠੀਕ ਆ ਮਾਰਕੀਟ ਸਟੇਬਲਾਈਜ਼ ਹੋਣੀ ਆ ਟਰੱਕਾਂ ਨੇ ਆਊਟ ਆਫ ਬਿਜ਼ਨਸ ਜਾਣਾ ਕੰਪਨੀਆਂ ਬੰਦ ਹੋਣੀਆਂ ਤੇ ਰਮਨ ਭਾਜੀ ਤੁਸੀਂ ਇਹ ਦੱਸ ਸਕਦੇ ਕਿ ਇਹ ਸਿਚੁਏਸ਼ਨ ਨਾਰਮਲਾਈਜ਼ ਹੋਣ ਨੂੰ ਕਿੰਨਾ ਕੁ ਟਾਈਮ ਲੱਗ ਜਾਊਗਾ ਕਿੰਨੇ ਕੁ ਹੋਰ ਟਰੱਕ ਕਿੰਨੇ ਪਰਸੈਂਟ ਹੋਰ ਟਰੱਕ ਮਾਰਕੀਟ ਤੋਂ ਆਊਟ ਹੋਣੇ ਚਾਹੀਦੇ ਆ ਤੇ ਇਹ ਕਦ ਜਾ ਕੇ ਉਮੀਦ ਹੈਗੀ ਕਿ ਇਹੋ ਜਿਹੀ ਸਿਚੁਏਸ਼ਨ ਬਣ ਸਕਦੀ ਹੈ ਜਿੱਥੇ ਬੈਲੈਂਸ ਬਣ ਜਾਏ ਜਾਂ ਫਿਰ ਇਹ ਯਾਨੀ ਕਿ ਫਿਊਚਰ ਬਿਲਕੁਲ ਖਰਾਬ ਦਿਸਦਾ ਹੈ ਤਾਂ ਇਹ ਏਦਾਂ ਹੀ ਡਾਊਨ ਹੀ ਰਹਿਣਾ ਹੈ ਅੱਗੇ ਵਿੱਚ ਜਿਹੜੀ ਇਹਦੀ ਸਿਚੁਏਸ਼ਨ ਹੈਗੀ ਦੇਖੋ ਇਹ ਸਿਚੁਏਸ਼ਨ ਐਸੀ ਹੈਗੀ ਆ ਕਿ ਜਿਹਦੇ ਵਿੱਚ ਕੋਈ ਵੀ ਬਿਜ਼ਨਸ ਹੈਗਾ ਆਪਾਂ ਸਿਰਫ ਟਰੱਕਿੰਗ ਨਹੀਂ ਹੈਗੀ ਹੋਰ ਵੀ ਬਹੁਤ ਬਿਜ਼ਨਸ ਐਸੇ ਹੈਗੇ ਆ ਜਿਹਦੇ ਵਿੱਚ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਮੰਨ ਲਓ ਕਿ ਤੁਹਾਡੀ ਆਪਣੇ ਬਿਲਡਰ ਹੈਗੇ ਆ ਜੇ ਇੱਕੋ ਹੀ ਸ਼ਹਿਰ ਦੇ ਵਿੱਚ ਜ਼ਿਆਦਾ ਬਿਲਡਰ ਇਕੱਠੇ ਹੋ ਜਾਣ ਜ਼ਿਆਦਾ ਉਹ ਕੰਮ ਇਕੱਠੇ ਹੋ ਜਾਣ ਤੇ ਉਹਦੇ ਵਿੱਚ ਵੀ ਇਹ ਪ੍ਰੋਬਲਮ ਖੜੀ ਹੋ ਜਾਂਦੀ ਆ ਜਿੰਨੀ ਦੇਰ ਤੱਕ ਉਹ ਕਲੀਨ ਅਪ ਨਹੀਂ ਹੁੰਦੇ ਜਿੰਨੀ ਦੇਰ ਤੱਕ ਉਹ ਠੀਕ ਨਹੀਂ ਹੁੰਦੇ ਓਨੀ ਦੇਰ ਦੇ ਤੱਕ ਇਹ ਚੀਜ਼ਾਂ ਜਿਹੜੀਆਂ ਸੈਟਅਪ ਨਹੀਂ ਹੁੰਦੀਆਂ ਉਹ ਦੁਬਾਰਾ ਪੈਰਾਂ ਤੇ ਨਹੀਂ ਆਉਂਦੀਆਂ ਕੋਈ ਵੀ ਬਿਜ਼ਨਸ ਆ ਆਪਣੇ ਸਟੋਰ ਲੈ ਲਓ ਇੰਡੀਅਨ ਸਟੋਰ ਲੈ ਲਓ ਦੂਜੇ ਸਟੋਰ ਹਰ ਬਿਜ਼ਨਸ ਦੇ ਵਿੱਚ ਹੈ ਕਿ ਜਦੋਂ ਕਪੈਸਿਟੀ ਵੱਧਦੀ ਆ ਜਦੋਂ ਤੁਹਾਡੀ ਅਵੇਲੇਬਿਲਿਟੀ ਵੱਧਦੀ ਆ ਤੇ ਤੁਹਾਡੀ ਜਿਹੜੀ ਸਪਲਾਈ ਐਂਡ ਡਿਮਾਂਡ ਦਾ ਜਿਹੜਾ ਲਾਅ ਉਹ ਲਾਗੂ ਹੋ ਜਾਂਦਾ ਹੈ ਜੇ ਸਪਲਾਈ ਵੱਧ ਹੈਗੀ ਆ ਡਿਮਾਂਡ ਘੱਟ ਆ ਤੇ ਆਟੋਮੈਟਿਕਲੀ ਰੇਟ ਥੱਲੇ ਚਲਾ ਜਾਂਦਾ ਓਨੀ ਦੇਰ ਤੱਕ ਰੇਟ ਅਪ ਨਹੀਂ ਆਉਂਦਾ ਜਿੰਨੀ ਦੇਰ ਤੱਕ ਉਹ ਸਪਲਾਈ ਉਸ ਚੀਜ਼ ਦੀ ਘੱਟਦੀ ਨਹੀਂ ਠੀਕ ਹੈ ਨਾ ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈਗੀ ਆ ਇਹ ਬਈ ਇਹ ਨਹੀਂ ਕਿ ਵੀ ਸਦਾ ਹੀ ਇੱਦਾਂ ਥੱਲੇ ਰਹਿਣੀ ਆ ਸਦਾ ਹੀ ਇੱਦਾਂ ਰਹਿਣੀ ਆ ਹਾਂ ਮੈਂ ਇੱਕ ਬੜਾ ਵਧੀਆ ਐਗਜ਼ਾਮਪਲ ਮੇਰੇ ਦਿਮਾਗ 'ਚ ਆਉਂਦਾ ਹੁੰਦਾ ਹਮੇਸ਼ਾ ਹੀ ਆਪਾਂ ਅਫਗਾਨਿਸਤਾਨ ਦੇ ਉਹ ਦੇਖੀ ਸੀ ਨਾ ਇੱਕ ਮੂਵੀ ਦੇਖੀ ਸੀਗੀ ਜਿਹੜੇ ਜਿੱਥੋਂ ਪਲੇਨ ਲਾਸਟ ਤੇ ਉੱਡਦਾ ਹੈ ਅਫਗਾਨਿਸਤਾਨ 'ਚੋਂ ਤੇ ਉਹਦੇ ਉੱਤੇ ਲੋਕੀ ਬਾਹਰ ਲਟਕੇ ਹੁੰਦੇ ਆ ਹਨਾ ਬਾਹਰ ਵੀ ਸਾਡੀ ਇੰਡਸਟਰੀ ਦੀ ਸਿਚੁਏਸ਼ਨ ਉਹ ਬਣੀ ਹੋਈ ਹੈ ਅਸੀਂ ਕਲਿੰਗ ਕਰਕੇ ਅਸੀਂ ਲਟਕ ਕੇ ਅਸੀਂ ਕਿਸੇ ਨਾ ਕਿਸੇ ਹਿਸਾਬ ਦੇ ਨਾਲ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਆਪ ਨੂੰ ਕਿ ਅਸੀਂ ਸ਼ਾਇਦ ਹੋ ਸਕਦਾ ਵੀ ਫਲਾਈਟ ਦੇ ਨਾਲ ਚਲੇ ਜਾਈਏ ਬਾਕੀ ਅਗਾਂਹ ਚਲੇ ਜਾਈਏ ਪਰ ਓਨੀ ਦੇਰ ਤੱਕ ਉਹ ਫਲਾਈਟ ਤੁਰਨੀ ਨਹੀਂ ਆ ਓਨੀ ਦੇਰ ਤੱਕ ਉਹ ਫਲਾਈਟ ਚੜ੍ਹਨੀ ਨਹੀਂ ਜਿੰਨੀ ਦੇਰ ਤੱਕ ਉਹ ਸਾਰਾ ਕੁਛ ਸਾਫ਼ ਨਹੀਂ ਹੁੰਦਾ ਬਾਹਰ ਜਿਹੜਾ ਅੰਦਰ ਬੈਠਾ ਆ ਜਿਹੜਾ ਸੇਫਟੀ 'ਚ ਬੈਠਾ ਆ ਉਹੀ ਜਾਣਾ ਆ ਸੋ ਕਹਿਣ ਦਾ ਭਾਵ ਇਹ ਆ ਕਿ ਇਹ ਜਿੰਨੀ ਦੇਰ ਤੱਕ ਕਪੈਸਿਟੀ ਆਪਣੀ ਜਿਹੜੀ ਆ ਉਹ ਕਲੀਨ ਅਪ ਨਹੀਂ ਹੁੰਦੀ ਉਹਦੇ ਵਿੱਚ ਕਪੈਸਿਟੀ ਘੱਟਦੀ ਨਹੀਂ ਠੀਕ ਹੈ ਨਾ ਤੇ ਓਨੀ ਦੇਰ ਤੱਕ ਇਹ ਜਿਹੜੀ ਇੰਡਸਟਰੀ ਹੈਗੀ ਆ ਇਹਨੇ ਸਫ਼ਰ ਕਰਨਾ ਇਸ ਤੋਂ ਥੱਲੇ ਪ੍ਰਾਈਸਿਸ ਨਹੀਂ ਜਾਣੀਆਂ ਹੋ ਸਕਦਾ ਕੋਸਟ ਹੋਰ ਵਧੇ ਜਿਹੜੀ ਆਪਣੀ ਰੇਟਸ ਹੈਗੇ ਆ ਆਪਣੇ ਜਿਹੜੇ ਕੋਸਟ ਆਫ ਆਪਰੇਸ਼ਨ ਆ ਹੋ ਸਕਦਾ ਉਹ ਥੋੜ੍ਹਾ ਬਹੁਤ ਉੱਪਰ ਥੱਲੇ ਜਾਵੇ ਪਰ ਪ੍ਰਾਈਸਿਸ ਜਿਹੜੀਆਂ ਲੋਡ ਪ੍ਰਾਈਸਿਸ ਹੈਗੀਆਂ ਉਹ ਨਹੀਂ ਜਾਣਗੀਆਂ ਥੱਲੇ ਹਾਂ ਲੋਡਾਂ ਦੀ ਜਿਹੜੀ ਵੋਲਿਊਮ ਆ ਉਹ ਅਜੇ ਹੋਰ ਘੱਟ ਸਕਦੀ ਆ ਕਿਉਂਕਿ ਸਿਆਲਾਂ ਦਾ ਮਹੀਨੇ ਸ਼ੁਰੂ ਹੋ ਚੱਲੇ ਆ ਸੋ ਸਿਆਲਾਂ ਦੇ ਵਿੱਚ ਯੂਜ਼ਲੀ ਇਹ ਕੰਮ ਜਿਹੜਾ ਆ ਇੱਧਰੋਂ ਘੱਟ ਜਾਂਦਾ ਹੁੰਦਾ ਕਾਫੀ ਜਿਹੜਾ ਵੈਸਟ ਕੋਸਟ ਹੈ ਕਾਫੀ ਡੈਡ ਹੋ ਜਾਂਦਾ ਪਰ ਜਿਹੜਾ ਹੁਣ ਡਿਪੈਂਡ ਕਰਦਾ ਕਿ ਹੋਲੀਡੇ ਸੀਜ਼ਨ ਕਿੰਨਾ ਨਾ ਆਉਂਦਾ ਆ ਹੋਲੀਡੇ ਸੀਜ਼ਨ 'ਚ ਲੋਕੀ ਕਿੰਨਾ ਕੁ ਜਿਹੜੇ ਆ ਚੀਜ਼ਾਂ ਆਰਡਰ ਕਰਦੇ ਹੈਗੇ ਆ ਉਹਨਾਂ ਸਾਰੀਆਂ ਚੀਜ਼ਾਂ ਉੱਤੇ ਡਿਪੈਂਡ ਕਰਦਾ ਹੈਗਾ ਪਰ ਇਹ ਲੌਂਗ ਟਰਮ ਨਹੀਂ ਹੈਗਾ ਅਸੀਂ ਇਹੋ ਹੀ ਚੀਜ਼ ਆਪਾਂ 2021 ਦੇ ਵਿੱਚ ਵੀਹ 'ਚ ਵੀ ਕਹੀ ਸੀਗੀ
ਕਿ ਜਿਹੜਾ ਇਹ ਚੜ੍ਹਾ ਜਿਹੜੀ ਚੜ੍ਹੀ ਆ ਇੰਡਸਟਰੀ ਇਹ ਲੌਂਗ ਟਰਮ ਨਹੀਂ ਹੈਗੀ, ਇਹ ਡਾਊਨਫਾਲ ਆ ਜਾਣਾ ਹੈ ਔਰ ਬਹੁਤ ਬੁਰੀ ਤਰ੍ਹਾਂ ਆਉਣਾ ਹੈ। ਉਹੀ ਗੱਲ ਹੋਈ ਆ ਔਰ ਹੁਣ ਵੀ ਇਹ ਗੱਲ ਕਹਿੰਦੇ ਇਹ ਲੌਂਗ ਟਰਮ ਨਹੀਂ ਹੈਗਾ, ਇਹ ਸ਼ੋਰਟ ਟਰਮ ਆ। ਪਰ ਜਿੰਨੀ ਦੇਰ ਤੱਕ ਅਸੀਂ ਉਸ ਚੀਜ਼ ਤੇ ਕਲਿੰਗ ਕਰੀ ਜਾਂਦੇ, ਜਿੰਨੀ ਦੇਰ ਤੱਕ ਉਸ ਚੀਜ਼ ਤੇ ਚਿੰਬੜੇ ਰਹਿੰਦੇ ਹਾਂ, ਉਹ ਸਾਨੂੰ ਓਨੀ ਦੇਰ ਤੱਕ ਸਾਡੀ ਫਲਾਈਟ ਉੱਡਦੀ ਨਹੀਂ, ਓਨੀ ਦੇਰ ਤੱਕ ਅਸੀਂ ਗਰਾਊਂਡ ਦੇ ਰਹਿੰਦੇ ਹਾਂ। ਸੋ ਆਪਣਾ ਹੁਣ ਇਹ ਆ ਵੀ ਗਰਾਊਂਡ ਦੇ ਆਪਾਂ ਕਿੰਨੀ ਦੇਰ ਤੱਕ ਆ, ਕਿੰਨੀ ਦੇਰ ਬਾਅਦ ਆਪਣੀ ਜਿਹੜੀ ਫਲਾਈਟ ਹੈ ਉਹ ਟੇਕ ਆਫ ਕਰ ਰਹੀ ਆ, ਉਹ ਡਿਪੈਂਡ ਕਰਦਾ ਕਿ ਹਾਓ ਫਾਸਟ ਜਿਹੜੀਆਂ ਕਲੀਨ ਅਪ ਹੁੰਦਾ, ਕਪੈਸਿਟੀ ਘੱਟਦੀ ਆ, ਤੇ ਹਾਓ ਫਾਸਟ ਜਿਹੜੀ ਇਕਨੋਮੀ ਆ ਉਹ ਦੁਬਾਰਾ ਗਰੋ ਅਪ ਹੋਣ ਦੀ ਕੋਸ਼ਿਸ਼ ਕਰਦੀ ਆ ਜਾਂ ਸ਼ੁਰੂ ਕਰਦੀ ਆ। ਠੀਕ ਹੈ। ਦੂਸਰਾ, ਸਾਨੂੰ ਪੋਲੀਟੀਕਲੀ ਐਕਟਿਵ ਬਹੁਤ ਹੋਣਾ ਪੈਣਾ, ਆਪਾਂ ਨੂੰ ਵੋਟਾਂ ਪਾਉਣੀਆਂ ਪੈਣੀਆਂ। ਆਪਾਂ ਦੇਖਦੇ ਹਾਂ ਵੀ ਕਿੰਨੇ ਲਾਜ਼ ਆ ਰਹੇ ਹੈਗੇ ਆ, 314 ਦਾ ਕਿੰਨੇ ਅਗਰ ਨੂੰ ਪਤਾ ਸੀ, ਹਨਾ। ਸੋ ਕੈਲੀਫੋਰਨੀਆ ਲੀਡ ਕਰ ਰਿਹਾ ਪੂਰੇ USA ਦੇ ਵਿੱਚ ਜਿਹੜਾ ਇਲੈਕਟ੍ਰੀਕਲ ਟਰੱਕਸ ਲਿਆਉਣ ਨੂੰ। ਉਹ ਕਾਰਬ ਨੇ ਸਾਰਿਆਂ ਦੇ, ਜਿੱਦਾਂ ਮੈਂ ਕਹਿੰਦਾ ਵੀ ਮੂੰਹ ਦੇ ਵਿੱਚ ਪੂਰੀ ਬਾਂਹ ਦਿੱਤੀ ਹੋਈ ਆ, ਆਪਾਂ ਸਾਰਿਆਂ ਨੂੰ ਪਤਾ ਹੀ ਆ। ਤੇ ਜਿਹੜਾ ਪੂਰਾ ਨੈਸ਼ਨਲ ਲੈਵਲ ਤੇ ਵੀ ਲਾ ਲਓ, ਜੇ ਕੀਸਟੋਨ ਐਕਸਲ ਪਾਈਪਲਾਈਨ ਪ੍ਰੋਜੈਕਟ ਚੱਲਦਾ ਹੁੰਦਾ ਤਾਂ ਗੈਸ ਦੀ ਪ੍ਰਾਈਸ ਕਿੱਥੇ ਹੁੰਦੀ, ਠੀਕ ਆ। ਸੋ ਬਹੁਤ ਚੀਜ਼ਾਂ ਹੈਗੀਆਂ, ਇਲੈਕਸ਼ਨ ਹੋਣੀ ਆ। ਸੋ ਇਹ ਜਿਹੜੇ ਮੁੱਦੇ ਹੁੰਦੇ ਆ ਨਾ, ਇਕੱਲਾ ਕੰਮ ਤੇ ਨਾ ਫੋਕਸ ਕਰਿਆ ਕਰੋ, ਜਿਹੜੇ ਤੁਹਾਡੇ ਕੰਮ ਨੂੰ ਜਿਹੜੇ ਲਾਜ਼ ਨੇ ਇਫੈਕਟ ਕਰਨਾ ਉਹਨਾਂ ਤੇ ਵੀ ਧਿਆਨ ਰੱਖਿਆ ਕਰੋ। ਅਸੀਂ ਚੁੱਪ ਕਰਕੇ ਬੈਠੇ ਰਹਿੰਦੇ ਹਾਂ, ਬਾਅਦ ਦੇ ਵਿੱਚ ਫਿਰ ਜਿਹੜਾ ਆ ਉਹ ਹਰਟ ਕਰਦਾ ਹੈਗਾ। ਬਿਲਕੁਲ ਜੀ। ਦੇਖੋ ਜੀ, ਜਦੋਂ ਅਸੀਂ ਗਰਾਊਂਡ ਲੈਵਲ ਤੇ ਕੰਮ ਨਹੀਂ ਕਰਦੇ, ਚਾਹੇ ਕੁਛ ਵੀ ਆ, ਚਾਹੇ ਪੋਲੀਟੀਕਲ ਆ, ਚਾਹੇ ਉਹ ਤੁਹਾਡੀ ਇੰਡਸਟਰੀ ਆ, ਚਾਹੇ ਕੁਛ ਵੀ ਆ, ਜਿੱਥੇ ਗਰਾਊਂਡ ਲੈਵਲ ਤੇ ਅਸੀਂ ਕੰਮ ਨਹੀਂ ਨਾ ਕੀਤਾ, ਉੱਥੇ ਅਸੀਂ ਜਿੱਧਰ ਨੂੰ ਮਰਜ਼ੀ ਦੌੜ ਲਈਏ, ਜੋ ਮਰਜ਼ੀ ਕਰ ਲਈਏ, ਅਸੀਂ ਕਦੀ ਸਕਸੈਸਫੁਲ ਨਹੀਂ ਹੋ ਸਕਦੇ, ਕਿਉਂਕਿ ਸਾਨੂੰ ਗਰਾਊਂਡ ਲੈਵਲ ਦੀ ਜਿਹੜੀ ਰਿਐਲਿਟੀ ਪਤਾ ਹੀ ਨਹੀਂ ਹੁੰਦੀ। ਸੋ ਇਸ ਕਰਕੇ ਗਰਾਊਂਡ ਲੈਵਲ ਤੇ ਕੰਮ ਕਰਨਾ ਬਹੁਤ ਜ਼ਰੂਰੀ ਆ ਜੀ। ਜੀ, ਤੇ ਇੱਕ ਲਾਸਟ ਕਾਲਰ ਲਵਾਂਗੇ, ਫਿਰ ਆਪਾਂ ਪ੍ਰੋਗਰਾਮ ਨੂੰ ਸਮਾਪਤੀ ਵੱਲ ਵਧਾਉਂਦੇ ਹਾਂ। ਬੂਟਾ ਸਿੰਘ ਜੀ, ਸਤਿ ਸ੍ਰੀ ਅਕਾਲ। ਹਾਂਜੀ, ਹਰਜੋਤ ਸਿੰਘ ਖਾਲਸਾ ਜੀ ਤੇ ਰਾਜਕਰਮਵੀਰ ਜੀ, ਰਮਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਤਾਂ ਜੀ, ਜਿਵੇਂ ਇੱਕ ਗਾਣਾ ਨਾ ਜੀ, ਹਰ ਥਾਂ ਚੜ੍ਹਾਈਆਂ ਨੇ, ਵੇਖੋ ਸੁਣ ਸੁਣ ਕੇ ਆਪਦਾ ਵੀ ਵੇਖੋ ਉਹ ਕੰਮ ਕਿਹੜਾ ਜਿਹੜਾ ਆਪਣੀ ਕਮਿਊਨਿਟੀ ਨਹੀਂ ਕਰਦੀ। ਇਹ ਨਾ ਬਹੁਤ ਮਾੜਾ ਕੰਮ ਆ, ਅਸੀਂ ਤਾਂ ਆਪ ਵਿਹਣੇ ਆ, ਤੇ ਮੁੜ ਕੇ ਫਿਰ ਨਾ ਉਹਨੂੰ ਇਕੱਠੇ ਹੋ ਕੇ ਜਿਹੜੇ ਇਹ ਜੇ ਨਿਕੰਮੇ ਜੇ ਆ ਨਾ, ਉਹ ਗਾਲਾਂ ਕੱਢਦੇ ਆ, ਜਾਂ ਉਹਨੂੰ ਕਹਿੰਦੇ ਤੈਨੂੰ ਐਂ ਕਰਾਂਗੇ, ਤੂੰ ਸਾਡੀਆਂ ਸ਼ਿਕਾਇਤਾਂ ਕਰਦਾ। ਇਹ ਕੰਮ ਵੀ ਕਰਦੇ ਆ, ਬਥੇਰਾ ਕੁਛ ਆ, ਇਹ ਬਹੁਤ ਮਾੜਾ। ਵੇਖੋ ਜੀ, ਅੱਜ ਉਹਦੇ ਸੀਟ ਬੈਲਟ ਲਾਈ ਹੁੰਦੀ ਬਾਈ ਦੇ, ਤੇ ਆਹ ਹੈਪਨ ਨਾ ਹੁੰਦਾ। ਤੇ ਪੁਰਾਣੇ ਬਜ਼ੁਰਗਾਂ ਦੇ ਕੋਲੇ ਤਾਂ ਅੱਗੇ ਵੇਖੋ ਵੀ ਸੀਗਾ ਆਪਣਾ, ਅਨਪੜ੍ਹ ਸੀ ਮੰਨ ਲਓ, ਹਨਾ, ਤੇ ਉਹ ਗੱਡਾ ਵਾਹੁੰਦੇ ਨੇ, ਗੱਡਾ ਪਾ ਦਿੱਤੇ, ਉਹ ਆਉਂਦੇ ਨਹੀਂ ਜਿਹੜਾ ਨਾ ਗੱਡੇ ਨੂੰ ਵਾਹੁਣ ਵਾਲਾ, ਗੱਡਾ 12 ਤਾਲਾ ਤੇ 13 ਤਾਲਾ ਹੋਣਾ ਚਾਹੀਦਾ। ਉਹਦਾ ਮਤਲਬ ਇਹੀ ਸੀ ਵੀ ਉਹਦੇ ਪੂਰਾ ਧਿਆਨ ਹਰੇਕ ਚੀਜ਼ ਦਾ ਰੱਖ ਕੇ, ਤੇ ਤੁਰੋ ਤੇ ਫਿਰ ਤੁਸੀਂ ਰਸਤੇ ਜਾਣ ਵਾਲੀਆਂ ਔਕੜਾਂ ਤੋਂ ਹਰ ਥਾਂ ਬਚੋਗੇ। ਜੀ ਜੀ ਬਿਲਕੁਲ, ਇਹੀ ਕੁਛ ਇਹ ਆ ਜੀ। ਤੇ ਬਾਕੀ ਹੁਣ ਜਿਹੜਾ ਇਲੈਕਟ੍ਰਿਕ ਵਾਲਾ ਚੱਲਦਾ, ਤੇ ਇਹਦੇ ਚ ਤਾਂ ਓਨਾ ਚਿਕਰ ਨਹੀਂ ਹਟਦੀ ਗੌਰਮੈਂਟ, ਜਿੰਨਾ ਚਿਕਰ 2-4 ਹੈਪਨ ਨਹੀਂ ਹੁੰਦੇ, ਤੇ ਆਪਦੀਆਂ ਇਨਸ਼ੋਰੈਂਸ ਆ ਡਬਲ ਟ੍ਰਿਪਲ ਤੇ ਖਿਆਲ ਰੱਖ ਕੇ ਚੱਲੋ ਜੇ ਵੀ ਇਹ ਟਰੱਕ ਟਰੁੱਕ ਜਿਹੜੇ ਆਉਂਦੇ ਜਾਏ ਦੀਆਂ ਕਾਰਾਂ, ਇਹ ਹੈਪਨ ਹੋਊਗਾ, ਇਹ ਬੰਦੇ ਤੋਂ ਬਿਨਾਂ ਦਾ ਜਿਹੜਾ ਬਹੁਤ ਗਲਤ ਆ। ਹਾਂਜੀ, ਭਾਵੇਂ ਜੋ ਮਰਜ਼ੀ ਕਰ ਰਹੇ ਨੇ, ਬੰਦੇ ਤੋਂ ਬਿਨਾਂ ਨਹੀਂ ਚੱਲਣਾ। ਸਿੰਘ ਵਾਲਾ ਜਿਹੜਾ ਸਿੰਘ ਆ ਉਹ ਨਹੀਂ ਲੋਡ ਲੈਣ ਤੇ ਉਹਦੇ ਸੰਬੰਧ ਦੇ ਵਿੱਚ ਆਪਾਂ ਨੂੰ ਵੀ ਬਹੁਤ ਕਾਲਸ ਆਈਆਂ, ਕਈਆਂ ਨੇ ਆਨਲਾਈਨ ਜਾ ਕੇ ਉਹਨਾਂ ਦੀ ਕੰਪਲੇਨ ਵੀ ਕੀਤੀ, ਜਿਹੜੇ ਜਿਹੜੇ ਸਾਈਟ ਆਪਾਂ EEOC ਜਾਂ ਹੋਰ ਦੱਸੇ ਸੀ, ਤੇ ਤੁਸੀਂ ਵੀ ਲੈਟਰ ਲਿਖਿਆ ਸੀ, ਉਹਦਾ ਕੋਈ ਅਪਡੇਟ ਹੋਈ? ਬਿਲਕੁਲ ਜੀ, ਉਹਦੀ ਅਪਡੇਟ ਹੈਗੀ ਆਪਣੇ ਕੋਲ ਕਿ ਆਪਾਂ ਨੂੰ ਉਹਨਾਂ ਦੇ HR ਡਿਪਾਰਟਮੈਂਟ ਦੀ ਈਮੇਲ ਆ ਗਈ ਆ। ਅਸੀਂ ਉਹਨਾਂ ਦੇ ਇਹ ਯੂਰਪ ਤੇ US ਦੇ ਵਿੱਚ ਕੰਪਨੀ ਹੈਗੀ ਆ, ਕਾਫੀ ਵੱਡੀ ਕੰਪਨੀ ਆ, ਸੋ ਉਹਨਾਂ ਦੀ HR ਦੀ ਈਮੇਲ ਆ ਗਈ ਸੀਗੀ ਸਾਨੂੰ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਆਪਣੀ ਸ਼ੁਰੂ ਕਰ ਦਿੱਤੀ ਹੈਗੀ ਆ, ਤੇ ਉਹਨਾਂ ਨੂੰ ਅਸੀਂ ਆਫਰ ਇਹ ਕੀਤੀ ਸੀਗੀ ਕਿ ਸਾਡੇ ਕੋਲ 5-7 ਜਿਹੜੀਆਂ ਉਹਨਾਂ ਨੂੰ ਚੀਜ਼ਾਂ ਕਹੀਆਂ ਸੀਗੀਆਂ ਕਿ ਉਹ ਕਰਨੀਆਂ ਪੈਣੀਆਂ ਉਹਨਾਂ ਨੂੰ। ਸੋ ਉਹਦੇ ਨਾਲ ਨਾਲ ਇਹ ਸੀਗਾ ਕਿ ਪਬਲਿਕ ਅਪੋਲੋਜੀ ਜਿਹੜੀ ਹੈਗੀ ਆ
ਉਹ ਜੇ ਉਹ ਰੇਡੀਓ ਤੇ ਆਣ ਕੇ ਆਪਣਾ ਪੱਖ ਰੱਖਣਾ ਚਾਹੁੰਦੇ ਆ ਜਾਂ ਕੁਛ ਵੀ ਕਰਨਾ ਚਾਹੁੰਦੇ ਆ, ਸੋ ਉਹ ਉਹਨਾਂ ਨੂੰ ਅਸੀਂ ਆਫਰ ਕੀਤੀ ਸੀਗੀ ਜਿਹੜੀ ਉਹਨਾਂ ਨੇ ਮੰਨੀ ਆ। ਉਹ ਕਹਿ ਰਹੇ ਆ ਕਿ ਇਨਵੈਸਟੀਗੇਸ਼ਨ ਆਪਣੀ ਕਰ ਰਹੇ ਆ, ਆਪਣੇ ਕੋਲ ਈਮੇਲ ਉਹਨਾਂ ਦੀ ਜਿਹੜੀ ਐਚ ਆਰ ਡਿਪਾਰਟਮੈਂਟ ਦੀ ਹੈਡ ਹੈਗੀ ਉਹਨਾਂ ਦੀ ਈਮੇਲ ਆ ਗਈ ਆ, ਤੇ ਉਹ ਉੱਥੇ ਆਪਾਂ ਨੂੰ ਜਿਹੜੀ ਆ ਇਹ ਇੱਥੋਂ ਤੱਕ ਆਪਣੀ ਪ੍ਰੋਗਰੈਸ ਹੈਗੀ ਆ ਲਾਸਟ ਵੀਕ ਦੀ, ਤੇ ਇਨਵੈਸਟੀਗੇਸ਼ਨ ਉਹ ਕਹਿ ਰਹੇ ਵੀ ਚੱਲ ਰਹੀ ਆ, ਬਾਕੀ ਆਪਾਂ ਇੱਥੇ ਫੋਲੋ ਅਪ ਕਰਦੇ ਰਹਾਂਗੇ ਤੇ ਵੀਕ ਟੂ ਵੀਕ ਆਪਾਂ ਜਿਹੜੀ ਆ ਇਨਫੋਰਮੇਸ਼ਨ ਆ ਤੁਹਾਡੇ ਤੱਕ ਪੁੱਜਦੀ ਕਰਦੇ ਰਹਾਂਗੇ ਜੀ। ਥੈਂਕ ਯੂ ਰਮਨ ਜੀ, ਮਿਹਰਬਾਨੀ ਚਿੱਠੀ ਦੇ ਲਈ, ਤੇ ਹੋਪਫੁਲੀ ਇਹ ਮੈਟਰ ਜਿਹੜਾ ਰਿਜ਼ੋਲਵ ਹੋਵੇ। ਨੋ ਡਾਊਟ ਕਈਆਂ ਨੇ ਆਪ ਵੀ ਗੱਲ ਕੀਤੀ ਹੋਣੀ ਆ, ਉਹਨੇ ਹੁਣ ਉਹ ਕਹਿਣਗੇ ਵੀ ਨਹੀਂ ਨਹੀਂ ਸਾਨੂੰ ਨਹੀਂ ਸੀ ਪਤਾ ਇਹ ਹੈ ਉਹ ਹੈ, ਪਰ ਇਹ ਚੀਜ਼ ਜਿਹੜੀ ਉਹ ਲਿਖਣੀ ਨਹੀਂ ਉਹਨਾਂ ਨੂੰ ਚਾਹੀਦੀ ਸੀ, ਤੇ ਡੈਫੀਨੇਟਲੀ ਅਪੋਲੋਜੀਜ਼ ਵਾਰੰਟਿਡ, ਉਹ ਚਾਹੀਦੀ ਆ ਉਹਨਾਂ ਨੂੰ ਮਾਫ਼ੀ ਇਸ ਚੀਜ਼ ਦੇ ਉੱਤੇ ਜ਼ਰੂਰ ਮੰਗਣੀ ਚਾਹੀਦੀ, ਦਬਾਅ ਪਾਉਣਾ ਚਾਹੀਦਾ। ਸ਼ੁਕਰੀਆ ਰਮਨ ਜੀ, ਮਿਹਰਬਾਨੀ। ਹਰਜੋਤ ਜੀ, ਮਿਲਦੇ ਆਪਾਂ ਅਗਲੀ ਵਾਰੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।